देशवा पर मोहे हैं, शुभ कर्मन्ते कभो न डरूं, न डरूं और सोच अब चाय लड़ूं, निश्चय कर अपनी जीत करूं। ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਤੁਸੀਂ ਇਸ ਪ੍ਰੋਗਰਾਮ ਦੇ 380 ਭਾਗ ਵੇਖ ਚੁੱਕੇ ਅਤੇ 381 ਨੰਬਰ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਅਤੇ ਪਸੰਦ ਕਰਦੇ ਨੇ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਅਤੇ ਗੁਰ ਫਲਸਫੇ ਦੇ ਆਧਾਰ 'ਤੇ ਦਿੰਦੇ ਹਨ। ਵੀਰ ਜੀ ਨੂੰ ਜੀ ਆਇਆਂ ਆਖਦੇ ਹਾਂ, ਸਵਾਗਤ ਕਰਦੇ ਹਾਂ ਅਤੇ ਗੁਰੂ ਫਤਿਹ ਸਾਂਝੀ ਕਰਦੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਨਾਲ ਸਾਰੀ ਸੰਗਤ ਨੂੰ ਮੈਂ ਬੇਨਤੀ ਵੀ ਕਰਦੀ ਹਾਂ, ਜਿੱਥੇ ਇਹਨਾਂ ਪ੍ਰੋਗਰਾਮਾਂ ਦਾ ਤੁਸੀਂ ਲਾਹਾ ਲੈ ਰਹੇ ਹੋ, ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਪਸੰਦ ਕਰਦੇ ਹੋ, ਇਹਨਾਂ ਪ੍ਰੋਗਰਾਮਾਂ ਰਾਹੀਂ ਤੁਸੀਂ ਬਹੁਤ ਕੁਛ ਜ਼ਿੰਦਗੀ ਵਿੱਚ ਸਿੱਖ ਰਹੇ ਹੋ, ਇਹਨਾਂ ਪ੍ਰੋਗਰਾਮਾਂ ਨੂੰ ਸਪੋਂਸਰ ਵੀ ਜ਼ਰੂਰ ਕਰਾਇਆ ਕਰੋ, ਕਿਉਂਕਿ ਸੰਗਤ ਟੈਲੀਵਿਜ਼ਨ ਹੈ ਸੰਗਤਾਂ ਦੇ ਸਾਥ ਨਾਲ, ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਹੈ। ਇਹ ਸਾਡੀ ਇੱਕ ਤੁਹਾਡੇ ਸਾਹਮਣੇ ਹਮੇਸ਼ਾ ਬੇਨਤੀ ਹੁੰਦੀ ਆ, ਉਮੀਦ ਹੈ ਤੁਸੀਂ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋਗੇ। ਹਾਂਜੀ ਵੀਰ ਜੀ, ਪਿਛਲੇ ਐਪੀਸੋਡ ਵਿੱਚ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾਈ ਕਿ ਜਿਹੜੀ ਨਰਮੋਹਗੜ੍ਹ ਦੀ ਜੰਗ ਹੋਈ ਉਹਦੇ ਵਿੱਚ ਜਿਹੜੇ ਵੀ ਸ਼ਹੀਦ, ਜਿਹੜੇ ਵੀ ਸਿੰਘ ਸ਼ਹੀਦ ਹੋਏ ਉਹਨਾਂ ਦੇ ਜੀਵਨ ਬਰਤਾਂਤ ਬਾਰੇ ਤੁਸੀਂ ਬੜੇ ਵਿਚਾਰ ਦੇ ਨਾਲ, ਬੜੇ ਵਿਸਥਾਰ ਦੇ ਨਾਲ ਸੰਗਤਾਂ ਨੂੰ ਦੱਸਿਆ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ, ਉਹਨਾਂ ਦਾ ਪਰਿਵਾਰਕ ਕਹਿ ਦਈਏ ਉਹਨਾਂ ਦਾ ਪਰਿਵਾਰ ਜਿਹੜਾ ਸੀ ਉਹ ਕਿਸ ਤਰ੍ਹਾਂ ਗੁਰੂ ਘਰ ਨਾਲ ਜੁੜਿਆ ਹੋਇਆ ਸੀ, ਇਹਦੇ ਬਾਰੇ ਤੁਸੀਂ ਸੰਗਤਾਂ ਨੂੰ ਦੱਸਿਆ। ਉਸ ਸਮੇਂ ਸਤਿਗੁਰੂ ਜੀ ਨੇ ਜਦੋਂ ਨਰਮੋਹਗੜ੍ਹ ਦੀ ਜੰਗ ਤੋਂ ਬਾਅਦ ਸਤਿਗੁਰੂ ਜੀ ਨੇ ਸਰਸਾ ਨਦੀ ਨੂੰ ਪਾਰ ਕਰਨਾ ਸੀ, ਸਰਸਾ ਨਦੀ ਪਾਰ ਕਰਨ ਸਮੇਂ ਉਹਨਾਂ ਦਾ ਜਿਹੜਾ ਸਾਹਮਣਾ ਕਹਿ ਜੀ ਉਹਨਾਂ ਨੂੰ ਰੰਗੜਾਂ ਨੇ ਅਤੇ ਗੁੱਜਰਾਂ ਨੇ ਸਿੰਘਾਂ ਦੇ ਨਾਲ ਉਹਨਾਂ ਦਾ ਰਾਹ ਰੋਕਿਆ, ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਨੁਕਸਾਨ, ਸਿੰਘਾਂ ਦਾ ਨੁਕਸਾਨ ਕੀਤਾ ਜਾਵੇ, ਪਰ ਸਿੰਘ ਜਿਹੜੇ ਸੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਉਹ ਅਗਾਂਹ ਵਧੇ। ਪਿੰਡ ਕਲਮੋਠ ਕਹਿ ਸਕਦੇ ਹਾਂ, ਉਹਦੇ ਕੋਲ ਰੰਗੜਾਂ ਦੀ ਇੱਕ ਤਕੜੀ ਜਿਹੜੀ ਟੱਕਰ ਵੀ ਹੋਈ। ਉਸ ਤੋਂ ਬਾਅਦ ਕਲਮੋਟ ਵਾਲਿਆਂ ਨੇ ਨੂੰ ਸਜ਼ਾ ਦੇ ਕੇ ਸਤਿਗੁਰੂ ਸਾਹਿਬ ਜਿਹੜੇ ਸੀ ਸਿੰਘਾਂ ਸਿੰਘਣੀਆਂ ਦੇ ਸਮੇਤ ਬਸਾਲੀ ਨਰੇਸ਼ ਸਲਾਹੀ ਚੰਦ ਦੀ ਰਿਆਸਤ ਵਿੱਚ ਪਹੁੰਚੇ। ਬਸਾਲੀ ਵਿੱਚ ਕੀ ਕੁਝ ਹੋਇਆ, ਬਸਾਲੀ ਦੀ ਕੋਈ ਯਾਦਗਾਰ ਘਟਨਾ, ਬਸਾਲੀ ਤੋਂ ਸਤਿਗੁਰੂ ਜੀ ਕਿਸ ਪਾਸੇ ਗਏ, ਇਹ ਛੋਟੇ ਛੋਟੇ ਕਿੰਨੇ ਸਵਾਲ ਹੈ, ਕੋਸ਼ਿਸ਼ ਕਰਾਂਗੇ ਇਸ ਅੱਧੇ ਘੰਟੇ ਵਿੱਚ ਇਹਨਾਂ ਨੂੰ ਕਵਰ ਕਰ ਸਕੀਏ, ਪਰ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾਓ ਕਿ ਉਸ ਤੋਂ ਬਾਅਦ ਬਸਾਲੀ ਵਿੱਚ ਕੀ ਹੋਇਆ, ਇਸ ਇਹਦੇ ਬਾਰੇ ਜਿਹੜੀ ਹੈ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾਓ। ਭੈਣ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ, ਔਰ ਸੰਗਤਾਂ ਦਾ ਇੱਕ ਵਾਰ ਫਿਰ ਫਤਿਹ ਸਾਂਝੀ ਕਰਨੀ ਚਾਹੁੰਦਾ। ਬਿਲਕੁਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਲੜੀ ਜੋੜੀ ਔਰ ਲੜੀ ਨੂੰ ਗਾਂਹ ਵੀ ਤੋਰਿਆ, ਸਵਾਲ ਬੇਸ਼ੱਕ ਤੁਹਾਡੇ ਕਹਿਣ ਮੁਤਾਬਕ ਨਿੱਕੇ ਨਿੱਕੇ, ਪਰ ਉਹ ਨਿੱਕੇ ਨਿੱਕੇ ਸਵਾਲਾਂ ਦੇ ਪਿੱਛੇ ਬੜਾ ਕੁਛ ਸਮਾਇਆ ਹੋਇਆ ਜੀ, ਔਰ ਇੰਨੇ ਕੁ ਸਵਾਲਾਂ ਦਾ ਜੇ ਜਵਾਬ ਕਿਤੇ ਵਿਸਥਾਰ ਨਾਲ ਦੇਣਾ ਹੋਵੇ, ਤੁਸੀਂ ਕਿਹਨੇ ਵਿਸਥਾਰ ਨਾਲ ਜਵਾਬ ਦਿੱਤਾ, ਜੇ ਵਿਸਥਾਰ ਨਾਲ ਦੇਣਾ ਹੋਵੇ ਤਾਂ ਮੈਂ ਸੋਚਦਾ ਕਿ ਘੰਟਿਆਂ ਬੱਧੀ ਸਮਾਂ ਚਾਹੀਦਾ। ਬਿਲਕੁਲ, ਪਰ ਫਿਰ ਵੀ ਅਸੀਂ ਇਤਿਹਾਸ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ਼ਾਰੇ ਮਤ ਜੀ ਜੀ ਜੀ, ਪਰ ਮੈਂ ਬਿਲਕੁਲ ਇਹ ਬੜੇ ਪਿਆਰ ਨਾਲ, ਬੜੀ ਨਿਮਰਤਾ ਨਾਲ, ਬੜੇ ਸਤਿਕਾਰ ਨਾਲ ਸੰਗਤਾਂ ਦੇ ਇਹ ਸਵਾਲ ਕਰਨਾ ਚਾਹੁੰਦਾ ਅਤੇ ਦੱਸਣਾ ਚਾਹੁੰਦਾ ਹਾਂਜੀ ਕਿ ਜਿੰਨਾ ਮਰਜ਼ੀ ਕਹੀਏ ਗੁਰੂ ਬਾਰੇ ਜੀ, ਗੁਰੂ ਬਾਰੇ ਕਹੀ ਗੱਲ ਕਦੇ ਵੀ ਪੂਰੀ ਨਹੀਂ ਹੁੰਦੀ ਜੀ ਜੀ, ਔਰ ਇਹ ਵਿਸਥਾਰ ਨਾਲ ਨਹੀਂ ਕਿਹਾ ਜਾ ਰਿਹਾ ਜੀ, ਅਸੀਂ ਬਹੁਤ ਸੰਖੇਪ 'ਚ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜੀ, ਇਸ਼ਾਰੇ ਮਾਤਰ ਕਹਿ ਰਹੇ ਹਾਂ, ਪਰ ਨਾਲ ਨਾਲ ਜਦੋਂ ਕਿਤਾਬਾਂ ਦੇ ਹਵਾਲੇ ਦੇ ਦਿੰਦੇ, ਗ੍ਰੰਥਾਂ ਦੇ ਹਵਾਲੇ ਦੇ ਦਿੰਦੇ, ਉਹਦਾ ਮਤਲਬ ਹੁੰਦਾ ਕਿ ਤੁਹਾਡੇ ਵਿੱਚ ਪੜ੍ਹਨ ਦੀ, ਉਹਨਾਂ ਗ੍ਰੰਥਾਂ ਨੂੰ ਖੋਜਣ ਦੀ ਚੇਟਕ ਆਪਣੇ ਆਪ ਪੈਦਾ ਹੋਵੇ ਜੀ। ਨਦੀ ਪਾਰ ਕੀਤੀ ਸਤਿਗੁਰੂ ਨੇ ਜੀ, ਜਿਵੇਂ ਤੁਸੀਂ ਹੁਕਮ ਕੀਤਾ ਉੱਥੋਂ ਗੱਲ ਸ਼ੁਰੂ ਕਰਦੇ ਹਾਂ ਹਾਂਜੀ, ਅਤੇ ਸਤਿਗੁਰੂ ਆਪਣੇ ਦਲ ਬਲ ਦੇ ਨਾਲ, ਜਿੱਦਾਂ ਤੁਸੀਂ ਕਿਹਾ ਕਲਮੋਟ ਪਿੰਡ ਨੂੰ ਜਿਨ੍ਹਾਂ ਨੇ ਸਤਿਗੁਰੂ ਦਾ ਰਸਤਾ ਰੁਕਿਆ ਸੀ ਉਹਨਾਂ ਨੂੰ ਸਜ਼ਾ ਦੇ ਕੇ ਸਤਿਗੁਰੂ ਜੀ ਜੀ, ਅਤੇ ਆਪਣੇ ਦਲ ਬਲ ਦੇ ਨਾਲ, ਸਾਰਾ ਦਲ ਸਤਿਗੁਰੂ ਦੇ ਨਾਲ ਹੈ, ਬਲ ਸਤਿਗੁਰੂ ਦੇ ਨਾਲ ਹੈ, ਉਹਦੇ ਨਾਲ ਸਤਿਗੁਰੂ ਜੀ ਫਿਰ ਬਸਾਲੀ ਰਿਆਸ ਦੀ ਰਾਜਧਾਨੀ ਵੱਲ ਉਤਰ ਪਏ ਜੀ ਜੀ, ਜਿੱਥੇ ਸਲਾਹੀ ਚੰਦ ਕੁਛ ਆਪਾਂ ਜ਼ਿਕਰ ਕੀਤਾ ਸੀਗਾ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਹਾਂਜੀ, ਅਨੰਦਪੁਰ ਤੋਂ ਜਿਹੜੇ ਉਹ ਲੋਕ ਆ ਗਏ ਸਨ, ਪਰਿਵਾਰਾਂ ਸਮੇਤ ਸਨ, ਜਿਹੜੇ ਬੱਚੇ ਸਨ ਜਿਹੜੇ, ਉਹਨਾਂ ਨੂੰ ਲੈ ਕੇ ਪਹਿਲਾਂ ਪਹੁੰਚ ਚੁੱਕਾ ਹੋਇਆ ਸੀ ਅਤੇ ਸਤਿਗੁਰੂ ਦੀ ਉਡੀਕ ਹੋ ਰਹੀ ਸੀ ਹਾਂਜੀ। ਜਦੋਂ ਰਾਜਧਾਨੀ ਵੱਲ ਨੂੰ ਸਤਿਗੁਰੂ ਜੀ ਤੁਰੇ ਔਰ ਰਣਜੀਤ ਨਗਾਰਾ ਖੜਕਿਆ ਜੀ, ਅਤੇ ਸਲਾਹੀ ਚੰਦ ਨੂੰ ਪਤਾ ਲੱਗਾ ਅਤੇ ਅੱਗੇ ਵੱਧ ਕੇ ਹਾਂਜੀ ਰਾਜਧਾਨੀ ਦੀਆਂ ਬਰੂਹਾਂ ਦੇ ਬਾਹਰ ਆ ਕੇ ਉਹਨੇ ਜੀ
ਗੁਰੂ ਸਾਹਿਬ ਜੀ ਦਾ ਸਵਾਗਤ ਨੂੰ ਜੀ ਆਇਆਂ ਸਵਾਗਤ ਕੀਤਾ। ਹਾਂਜੀ ਸਵਾਗਤ ਕੀਤਾ, ਫੁੱਲਾਂ ਦੀ ਵਰਖਾ ਕਰਵਾਈ ਜੀ, ਢੋਲ ਵਜਵਾਏ ਔਰ ਸ਼ਾਹੀ ਮਹਿਲ ਦੇ ਨਾਲ ਨਾਲ, ਹਾਂਜੀ ਜਿੱਥੇ ਸ਼ਾਹੀ ਮਹਿਲ ਸੀ ਉਹਦਾ ਉਹਦੇ ਨਾਲ ਨਾਲ ਉਹਨੇ ਸ਼ਮੈਨੇ ਲਵਾਤੇ ਜੀ, ਕਿਉਂਕਿ ਬੇਸ਼ੱਕ ਮਹਿਲ ਸੀਗਾ ਔਰ ਮਹਿਲ ਆਮ ਤੌਰ 'ਤੇ ਰਾਜਿਆਂ ਦੇ ਕਿਲ੍ਹਿਆਂ ਦੇ ਅੰਦਰ ਹੁੰਦੇ ਆ ਜੀ ਜੀ, ਔਰ ਬਹੁਤ ਵੱਡੀ ਰਿਆਸਤ ਨਹੀਂ ਸੀ ਵਿਸਾਲੀ, ਛੋਟੀ ਰਿਆਸਤ ਸੀਗੀ। ਔਰ ਆ ਜਿਹੜੀਆਂ ਪਹਾੜ ਦੀਆਂ ਰਿਆਸਤਾਂ ਨੇ ਛੋਟੀਆਂ ਛੋਟੀਆਂ, ਜਿਵੇਂ ਅੱਜ ਦੇ ਸਮੇਂ ਦੇ ਨਾਲ ਗੱਲ ਕਰਾਂ ਤਾਂ ਇਹਨਾਂ ਦਾ ਵਿਸਤਾਰ ਇੱਕ ਤਹਿਸੀਲ ਤੋਂ ਜ਼ਿਆਦਾ ਨਹੀਂ ਕਿਸੇ ਵੀ ਰਿਆਸਤ ਦਾ ਸੀਗਾ ਜੀ, ਇੱਕ ਤਹਿਸੀਲ ਜਿੱਡੀ ਰਿਆਸਤ ਬਸ। ਹਾਂਜੀ ਅਤੇ ਜਿੱਡੀ ਕੋਈ ਰਿਆਸਤ ਉੱਡੇ ਉੱਡੇ ਉਹਨਾਂ ਦੇ ਕਿਲ੍ਹੇ ਹੋਣੇ ਆ, ਅਤੇ ਇਹਨਾਂ ਦੀ ਰਾਜਧਾਨੀ ਵਾਲਾ ਕਿਲ੍ਹਾ ਵੀ ਐਡਾ ਵੱਡਾ ਨਹੀਂ ਸੀਗਾ ਕਿ ਉਹਦੇ ਅੰਦਰ ਸਤਿਗੁਰ ਦਾ ਸਾਰਾ ਦਲ ਸਮਾ ਸਕੇ, ਘੋੜੇ ਵੀ ਸਾਰੇ ਸਮਾ ਸਕਣ ਜੀ। ਸੋ ਇਹਨਾਂ ਮਹਿਲ ਦੇ ਨਾਲ ਕਿਲ੍ਹੇ ਦੇ ਅੰਦਰ ਬਾਹਰ, ਕਿਲ੍ਹੇ ਦੀਆਂ ਜਿਹੜੀਆਂ ਬਾਹਰਲੀਆਂ ਕੰਧਾਂ ਉਹਦੇ ਅੰਦਰ ਬਾਹਰ, ਪਰ ਮਹਿਲ ਐਡਾ ਵੱਡਾ ਨਹੀਂ ਉਹਦੇ ਅੰਦਰ ਸਮਾ ਸਕਣ। ਸੋ ਮਹਿਲ ਦੇ ਨਾਲ ਨਾਲ ਜੀ ਕਿਲ੍ਹੇ ਦੇ ਅੰਦਰ ਜੀ, ਪਰ ਮਹਿਲ ਦੇ ਨਾਲ ਨਾਲ ਉਹਨੇ ਫਿਰ ਗੁਰੂ ਘਰ ਦੇ ਜਿਹੜੇ ਨੌਜਵਾਨ ਸਨ ਨਾਲ ਸਤਿਗੁਰ ਦੇ ਜੁਝਾਰੂ ਸਿੰਘ, ਉਹਨਾਂ ਲਈ ਸ਼ਮਿਆਨੇ ਲਵਾਤੇ। ਸੋ ਸ਼ਮਿਆਨਿਆਂ ਦੇ ਵਿੱਚ ਤੰਬੂ ਸ਼ਬਦ ਵਰਤ ਲੈਣਾ ਚਾਹੀਦਾ, ਉਹਨਾਂ ਦੇ ਵਿੱਚ ਗੁਰਸਿੱਖਾਂ ਦਾ ਟਿਕਾ ਹੋ ਗਿਆ, ਘੋੜਿਆਂ ਲਈ ਇੱਕ ਵੱਖਰਾ ਇੰਤਜ਼ਾਮ ਕਰ ਦਿੱਤਾ ਗਿਆ ਅਸਤਬਲ ਦੇ ਵਿੱਚ, ਨਾਲ ਉਹਨਾਂ ਦੇ ਖਾਣੇ ਦਾਣੇ ਦਾ ਇੰਤਜ਼ਾਮ ਕੀਤਾ ਗਿਆ ਔਰ ਸ਼ਾਨਦਾਰ ਇੰਤਜ਼ਾਮ ਕੀਤਾ, ਔਰ ਸਤਿਗੁਰ ਜੀ ਨੂੰ ਆਪਣੇ ਮਹਿਲ ਦੇ ਅੰਦਰ ਨਾਲ ਲੈ ਗਿਆ। ਸਤਿਗੁਰ ਦਾ ਪਰਿਵਾਰ, ਸਤਿਗੁਰ ਦੇ ਕੁਛ ਚੋਣਵੇਂ ਸਿੰਘ ਨਾਲ ਜਿਹੜੇ ਹਮੇਸ਼ਾ ਨਾਲ ਰਹਿੰਦੇ ਸੀ, ਜਿੱਦਾਂ ਸਤਿਗੁਰ ਦਾ ਗੜਬਈ ਉਹਨਾਂ ਨੇ ਨਾਲ ਰਹਿਣਾ ਹੈ, ਹੋਰ ਜਿਹੜੇ ਨਾਲ ਰਹਿਣ ਵਾਲੇ ਸਨ ਸਤਿਗੁਰ ਦੇ ਚਵਰ ਬਰਦਾਰ ਜਿਨ੍ਹਾਂ ਨੇ 24 ਘੰਟੇ ਨਾਲ ਰਹਿਣਾ ਹੁੰਦਾ। ਔਰ ਸਤਿਗੁਰ ਦੇ ਜੀਵਨ ਦੇ ਵਿੱਚ ਇਹ ਗੱਲ ਪੱਕੀ ਹੈ ਕਿ ਆਪਾਂ ਗੜਬਈ ਸ਼ਬਦ ਵਰਤ ਲੈਂਦੇ ਹਾਂ, ਜਿਨ੍ਹਾਂ ਨੇ ਸੇਵਾ ਦਾ ਖਿਆਲ ਰੱਖਣਾ ਆ, ਇੱਕ ਜਿਨ੍ਹਾਂ ਨੇ ਹਮੇਸ਼ਾ ਡਿਊਟੀ 'ਤੇ ਰਹਿਣਾ ਆ ਉਹਨੂੰ ਆਪਾਂ ਚਵਰ ਬਰਦਾਰ ਕਹਿ ਦਿੰਦੇ ਹਾਂ, ਉਹਨੇ ਪਿੱਛੇ ਰਹਿਣਾ ਖੜੇ ਹੋ ਕੇ, ਜ਼ਰੂਰੀ ਨਹੀਂ ਕਿ 24 ਘੰਟੇ ਚਵਰ ਚਲਾ ਪਰ ਉਹਨੇ ਨਾਲ ਰਹਿਣਾ ਆ। ਔਰ ਇੱਕ ਸਤਿਗੁਰ ਦੇ ਅੰਗ ਰੱਖੇ ਦੇ ਤੌਰ 'ਤੇ 2 ਸਿੰਘ ਹਮੇਸ਼ਾ, ਸੋ 5 ਸਿੰਘ ਘੱਟੋ ਘੱਟ ਸਤਿਗੁਰ ਦੇ ਨਾਲ ਨਹੀਂ ਜਾਂਦੇ ਸੀ, ਔਰ ਜਿਹਨਾਂ 'ਚ ਇਤਿਹਾਸ ਨੇ ਵੱਖ ਵੱਖ ਸਮਿਆਂ 'ਚ ਵੱਖ ਵੱਖ ਸਮਿਆਂ ਦਾ ਨਾਮ ਵੀ ਲਿਆ ਆ ਜੀ ਜੀ। ਖੈਰ ਅਤੇ ਜਿਹੜੇ ਸਤਿਗੁਰ ਦੇ ਨਾਲ ਰਹਿਣ ਵਾਲੇ ਸਿੰਘ ਅਤੇ ਸਤਿਗੁਰ ਜੀ ਉਹਨਾਂ ਨੂੰ ਮਹਿਲ ਦੇ ਅੰਦਰ ਨਜ਼ਦੀਕੀ ਵੱਲੋਂ, ਬਾਕੀ ਸਾਰਿਆਂ ਲਈ ਸ਼ਮੈਨੇ ਦਾ ਇੰਤਜ਼ਾਮ ਕਰ ਦਿੱਤਾ ਗਿਆ, ਵਿਤਕਰਾ ਕੋਈ ਨਹੀਂ ਜੀ ਜੀ ਜੀ, ਪਰ ਮਹਿਲ ਦੇ ਅੰਦਰ ਥਾਂ ਹੀ ਉਨੀ ਜਿੰਨੀ ਹੈਗੀ ਉਸ ਹਿਸਾਬ ਨਾਲ ਹੀ ਹੋਣਾ, ਜਿੱਦਾਂ ਬੰਦੋਬਸਤ ਹੋਣਾ ਉਸ ਹਿਸਾਬ ਨਾਲ ਹੀ ਸੋਹਣਾ ਪ੍ਰਬੰਧ ਸਲਾਹ ਚੱਲਦੇ ਕੀਤਾ ਜੀ। ਹੁਣ ਸਤਿਗੁਰੂ ਜੀ ਜਾ ਕੇ ਉੱਥੇ ਰਹੇ ਆ, ਇਸ ਜੰਗ ਤੋਂ ਬਾਅਦ ਨਿਰਭੋ ਵਾਲੀ ਜੰਗ ਤੋਂ ਬਾਅਦ ਪਰਿਵਾਰ ਨੂੰ ਮਿਲੇ ਆ, ਮਾਤਾ ਨਾਲ ਆ, ਮਹਿਲ ਨਾਲ ਆ ਜੀ, ਇਹ 2 ਮਹਿਲ ਆ, 2 ਮਹਿਲ ਉਹ ਤੱਕ 2 ਮਹਿਲ ਆ, ਮਾਤਾ ਜੀਤੋ ਜੀ ਔਰ ਮਾਤਾ ਸੁੰਦਰ ਕੌਰ ਜੀ, ਸਾਹਿਬ ਕੌਰ ਮਾਂ ਜੀ ਦੀ ਬਾਅਦ ਦੀ ਘਟਨਾ ਹੈ, ਨਿਰਭੋ ਦੀ ਗੜ ਦੀ ਜੰਗ ਤੋਂ ਬਾਅਦ ਦੀ ਘਟਨਾ ਹੈ। ਹੁਣ ਸਤਿਗੁਰੂ ਉੱਥੇ ਗਏ ਆ, ਰਾਤ ਨੂੰ ਬੈਠ ਕੇ ਸਤਿਗੁਰੂ ਨੇ ਆਪਣਾ ਸਾਰਾ ਜਿਹੜੀ ਆਉਣ ਵਾਲੇ ਸਮਿਆਂ ਦੀ ਉਹਦੀ ਰੂਪਰੇਖਾ ਤਿਆਰ ਕੀਤੀ ਨਾਲ ਦੇ ਸਿੰਘਾਂ ਨਾਲ, ਅਤੇ ਸਤਿਗੁਰੂ ਨੇ ਐਲਾਨ ਕਰਤਾ ਨਾਲ ਦੇ ਸਿੰਘਾਂ ਨੇ ਆ ਕੇ ਮਹਿਲ ਤੋਂ ਬਾਅਦ ਕਹਿ ਦਿੱਤਾ ਕਿ ਸਵੇਰ ਦੇ ਵੇਲੇ ਰਾਜਾ ਸਲਾਹੀ ਚੰਦ ਨੂੰ ਕਹਿ ਦਿੱਤਾ ਕਿ ਕਿੱਥੇ ਕੋਈ ਦੀਵਾਨ ਲਾਇਆ ਜਾ ਸਕਦਾ ਉਹ ਇੰਤਜ਼ਾਮ ਕਰੋ ਜੀ। ਸਤਿਗੁਰੂ ਨੇ 2 ਵੇਲੇ ਦਿਹਾੜੀ 'ਚ ਦੀਵਾਨ ਲਾਉਣ ਦਾ ਐਲਾਨ ਕਰ ਦਿੱਤਾ ਜੀ ਜੀ ਜੀ। ਸਤਿਗੁਰੂ ਜਿੱਥੇ ਜਾਣਗੇ ਉੱਥੇ ਪ੍ਰਵਚਨ ਕਰਨਗੇ ਕਰਨਗੇ, ਸਤਿਗੁਰੂ ਜਿੱਥੇ ਜਾਣਗੇ ਉੱਥੇ ਗੁਰਮਤਿ ਦਾ ਉਪਦੇਸ਼ ਦੇਣਗੇ ਦੇਣਗੇ। ਸਤਿਗੁਰ ਦਾ ਵੈਸੇ ਤਾਂ ਤੁਰਨਾ ਜੀ, ਫਿਰਨਾ, ਉੱਠਣਾ, ਬੈਠਣਾ, ਖਾਣਾ, ਪੀਣਾ, ਪਹਿਨਣਾ, ਕੂਣਾ, ਜੋ ਵੀ ਹੈਗਾ ਆ ਉਹ ਹੀ ਮਰਿਆਦਾ ਬਣਨੀ, ਮਰਿਆਦਾ ਬਣਨੀ, ਹਾਂਜੀ ਹਾਂਜੀ, ਉਹ ਹੈ ਹੀ ਮਰਿਆਦਾ, ਜੋ ਸਤਿਗੁਰੂ ਕਰ ਰਿਹਾ ਉਹ ਮਰਿਆਦਾ ਆ ਜੀ ਜੀ ਜੀ। ਮਰਿਆਦਾ ਦਾ ਮਤਲਬ ਇਹ ਜੋ ਸਾਡੇ ਗੁਰੂ ਨੇ ਕੀਤਾ ਆ ਜੀ, ਔਰ ਪਰ ਫਿਰ ਵੀ ਸਤਿਗੁਰੂ ਨੇ ਉਪਦੇਸ਼ ਵੀ ਦੇਣਾ ਆ, ਬੋਲ ਕੇ ਵੀ ਉਪਦੇਸ਼ ਦੇਣਾ, ਕਈ ਤਾਂ ਦੇਖ ਕੇ ਹੀ ਆਪਣੇ ਜੀਵਨ ਵਿੱਚ ਸਤਿਗੁਰ ਦੀ ਜੀਵਨ ਨੂੰ ਢਾਲ ਲੈਂਦੇ ਆ, ਹਾਂਜੀ ਹਾਂਜੀ, ਪਰ ਕਈਆਂ ਨੂੰ ਸਮਝਾਉਣਾ ਪੈਂਦਾ, ਸੁਣ ਕੇ ਢਾਲਦੇ ਆ, ਕਈਆਂ ਨੂੰ ਸਮਝਾਉਣਾ ਸੁਣ ਕੇ ਵੀ ਨਹੀਂ ਸਮਝਦੇ, ਉਹਨੂੰ ਸਮਝਾਉਣਾ ਪੈਂਦਾ ਆ, ਤੇ ਕਈ ਸਮਝ ਕੇ ਵੀ ਆਪਣਾ ਜੀਵਨ ਨਹੀਂ ਬਦਲਦੇ ਜੀ ਜੀ, ਔਰ ਬਹੁਤੇ ਇਹੋ ਜਿਹਾ ਹੁੰਦੇ ਜਿਹੜੇ ਸਮਝ ਕੇ ਜੀਵਨ ਨਹੀਂ ਬਣਾਉਂਦੇ ਜੀ ਜੀ ਜੀ, ਬਹੁਤ ਕੁਝ ਸਮਝ ਲੈਂਦੇ ਆ ਪਰ ਉਹਨੂੰ ਆਪਣੇ ਜੀਵਨ 'ਚ ਨਹੀਂ ਢਾਲ ਸਕਦੇ, ਆਪਣੇ ਸੁਭਾਅ ਦਾ ਹਿੱਸਾ ਨਹੀਂ ਬਣਾ ਸਕਦੇ ਜੀ। ਔਰ ਗੁਰੂ ਚਾਹੁੰਦਾ ਆ ਕਿ ਸਿੱਖ ਦਾ ਸੁਭਾਅ ਬਦਲੇ ਜੀ, ਉਹਦਾ ਕਾਰਨ ਪਤਾ ਕੀ ਆ, ਹਾਂਜੀ, ਕਿਉਂਕਿ ਗੁਰੂ ਜਾਣਦਾ ਮਨੁੱਖ ਨੇ ਦਿਮਾਗ ਨਾਲ ਨਹੀਂ ਜੀਣਾ ਦੁਨੀਆਂ ਉੱਤੇ ਜੀ, ਵਿਦਵਤਾ ਨਾਲ ਨਹੀਂ ਜੀਣਾ, ਹਰ ਵਿਦਵਤਾ ਦੇ ਤੌਰ 'ਤੇ ਜੀ, ਦਿਮਾਗ ਦੇ ਤੌਰ 'ਤੇ, ਸਿਆਣਪ ਦੇ ਤੌਰ 'ਤੇ, ਕਿਹੜਾ ਬੰਦਾ ਜਿਹਨੂੰ ਨਹੀਂ ਪਤਾ ਕਿ ਕ੍ਰੋਧ ਕਰਨਾ ਮਾੜੀ ਗੱਲ ਹੈ, ਮਾੜੀ ਗੱਲ ਹੈ, ਹਾਂਜੀ, ਕਿਹੜਾ ਬੰਦਾ ਜਿਹਨੂੰ ਪਤਾ ਕਿ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ, ਹਾਂਜੀ, ਕਿਹੜਾ ਬੰਦਾ ਜਿਹਨੂੰ ਨਹੀਂ ਪਤਾ ਕਿ ਚੁਗਲੀ ਨਹੀਂ ਕਰਨੀ ਚਾਹੀਦੀ, ਈਰਖਾ ਨਹੀਂ ਕਰਨੀ ਚਾਹੀਦੀ, ਨਿੰਦਾ ਨਹੀਂ ਕਰਨੀ ਚਾਹੀਦੀ, ਕਿਹੜਾ ਬੰਦਾ ਜਿਹੜਾ ਕਹਿੰਦਾ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ ਜੀ,
ਕਿਹੜਾ ਬੰਦਾ ਆ ਜਿਹਨੂੰ ਨਹੀਂ ਪਤਾ ਕਿ ਕਿਰਦਾਰ ਉੱਚਾ ਹੋਣਾ ਚਾਹੀਦਾ। ਪਰ ਕਿੰਨਿਆਂ ਕੁ ਬੰਦਿਆਂ ਦੇ ਉੱਤੇ ਜੀਵਨ ਦੇ ਪ੍ਰੈਕਟੀਕਲ ਚ ਹੁੰਦਾ ਆ, ਕਾਰਨ ਇਹ ਹੁੰਦਾ ਪਤਾ ਸਭ ਨੂੰ ਹੈ, ਦਿਮਾਗੀ ਤੌਰ ਤੇ ਪਤਾ ਹੈ, 99.9% ਲੋਕਾਂ ਨੂੰ ਪਤਾ ਹੈ। ਕੁਛ ਮੰਦਬੁੱਧੀ ਲੋਕ ਜਿਹਨਾਂ ਨੂੰ ਨਹੀਂ ਪਤਾ ਉਹ ਗੱਲ ਵੱਖਰੀ, ਪਰ 99.9% ਲੋਕਾਂ ਨੂੰ ਪਤਾ ਹੈ। ਪਤਾ ਹੋਣ ਦੇ ਬਾਵਜੂਦ ਵੀ, ਕਿਉਂਕਿ ਉਹ ਪਤਾ ਹੋਣ ਦੇ ਬਾਵਜੂਦ ਉਹ ਕ੍ਰੋਧ ਵੀ ਕਰਦੇ ਆ ਜੀ, ਉਹ ਈਰਖਾ ਵੀ ਕਰਦੇ ਆ, ਉਹ ਨਿੰਦਾ ਵੀ ਕਰਦੇ ਆ, ਉਹ ਵਕੀਲੀ ਵੀ ਕਰਦੇ ਆ, ਉਹ ਵੈਰ ਵਿਰੋਧ ਚ ਵੀ ਪੈਂਦੇ ਆ, ਮਾੜਾ ਬੋਲਦੇ ਵੀ ਆ, ਮਾੜਾ ਖਾਂਦੇ ਵੀ ਆ ਜੀ। ਕਾਰਨ ਕਿ ਉਹਨਾਂ ਦੇ ਸੁਭਾਅ ਦਾ ਹਿੱਸਾ ਨਹੀਂ ਬਣਿਆ ਜੀ ਜੀ ਜੀ। ਸੁਣਿਆ ਹੈ ਪਰ ਸਮਝਿਆ ਨਹੀਂ, ਸਮਝਿਆ ਨਹੀਂ ਪਰ ਉਹਨੂੰ ਜ਼ਿੰਦਗੀ ਦਾ ਹਿੱਸਾ, ਉਹਦਾ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਇਆ, ਉਹਨਾਂ ਦੀ ਸਮਝ ਦਾ ਹਿੱਸਾ ਨਹੀਂ ਬਣਿਆ। ਇੱਦਾਂ ਕਰੋ ਜੀ, ਬੇਸ਼ੱਕ ਉਹਨਾਂ ਨੂੰ ਪਤਾ ਹੈਗਾ ਆ ਜੀ, ਪਰ ਜਿਹੜੀ ਉਹਨਾਂ ਦੀ ਸਮਝ ਆ, ਜਿਹੜੀ ਉਹਨਾਂ ਦੀ ਸੂਝ ਆ, ਉਹਦਾ ਹਿੱਸਾ ਨਹੀਂ ਬਣਿਆ। ਤੇ ਸੂਝ ਤੇ ਸਮਝ ਦਾ ਜਦ ਤੱਕ ਹਿੱਸਾ ਨਹੀਂ ਬਣਿਆ, ਉਦੋਂ ਤੱਕ ਸੁਭਾਅ ਨਹੀਂ ਬਣਿਆ ਬਣਦੇ। ਹਾਂਜੀ, ਕਈ ਲੋਕ ਕੁਦਰਤੀ ਤੌਰ ਤੇ ਚੰਗੇ ਹੁੰਦੇ ਆ, ਔਰ ਬਹੁਤੇ ਲੋਕ ਮੈਂ ਸੋਚਦਾ ਕੁਦਰਤੀ ਤੌਰ ਤੇ ਚੰਗੇ ਹੁੰਦੇ ਆ ਜੀ ਜੀ। ਔਰ ਜੇ ਬੰਦਾ ਕੁਦਰਤੀ ਤੌਰ ਤੇ ਰਹੇਗਾ ਤੇ ਚੰਗਾ ਹੀ ਹੋਏਗਾ। ਹਾਂਜੀ, ਬਾਅਦ ਚ ਮਾਹੌਲ ਆਲਾ ਦੁਆਲਾ ਬੰਦੇ ਚ ਵਿਗਾੜ ਪਾਉਣਾ ਸ਼ੁਰੂ ਕਰ ਦਿੰਦਾ। ਬਹੁਤੇ ਲੋਕ ਕੁਦਰਤੀ ਤੌਰ ਤੇ ਚੰਗੇ ਹੁੰਦੇ ਨੇ ਜੀ, ਕੁਦਰਤ ਕਿਸੇ ਨੂੰ ਗਲਤ ਬਣਾਉਂਦੀ, ਕੁਦਰਤ ਕਿਸੇ ਨੂੰ ਗਲਤ ਬਣਾਉਂਦੀ ਨਹੀਂ ਜੀ। ਪਰ ਕਈ ਲੋਕ ਕੁਦਰਤੀ ਤੌਰ ਤੇ ਹੀ ਮਾੜੇ ਹੁੰਦੇ ਨੇ, ਉਹ ਮਾਹੌਲ ਜਿੱਦਾਂ ਦਾ ਮਰਜ਼ੀ ਹੋਵੇ, ਉਹਨਾਂ ਦੇ ਵਿਹਾਰ ਦੇ ਵਿੱਚ ਉਹਨਾਂ ਦਾ ਮਾੜਾਪਣ ਝਲਕਦਾ ਹੁੰਦਾ, ਉਹਨਾਂ ਨੇ ਚਿਹਰੇ ਤੇ ਭਾਵੇਂ ਜੋ ਮਰਜ਼ੀ ਸਜਾਇਆ ਹੋਵੇ ਜੀ ਜੀ ਜੀ, ਪਰ ਉਹਨਾਂ ਦਾ ਅੰਦਰ ਜਿਹੜਾ ਖੁਦੀ ਵਕੀਲੀ ਈਰਖਾ ਤਸੱਵਰ ਜੀ, ਇਹਦੇ ਨਾਲ ਭਰਿਆ ਹੁੰਦਾ। ਹਾਂਜੀ, ਖੈਰ, ਔਰ ਸਤਿਗੁਰੂ ਚਾਹੁੰਦੇ ਸੁਭਾਅ ਚੇਂਜ ਹੋਵੇ ਜੀ, ਤੇ ਸੁਭਾਅ ਚੇਂਜ ਕਰਨ ਲਈ ਫਿਰ ਸਤਿਗੁਰੂ ਨੇ ਇੱਕ ਤਰੀਕਾ ਵੀ, ਇੱਕ ਦਿਨ 'ਚ ਚੇਂਜ ਨਹੀਂ ਹੋਣਾ ਹੈਗਾ। ਸਤਿਗੁਰੂ ਨਹੀਂ ਚਾਹੁੰਦੇ ਕਿ ਬਹੁਤ ਬੰਦਾ ਉਹਦਾ ਬਹੁਤ ਵੱਡਾ ਵਿਦਵਾਨ ਬਣੇ। ਸਤਿਗੁਰੂ ਚਾਹੁੰਦੇ ਨੇ ਮੇਰਾ ਸਿੱਖ ਹਰ ਪੱਖੋਂ ਪੂਰਾ ਹੋਵੇ, ਪਰ ਸਤਿਗੁਰ ਦੀ ਮਨਸ਼ਾ ਇਹ ਨਹੀਂ ਕਿ ਤੁਸੀਂ ਬਹੁਤ ਵੱਡੇ ਵਿਦਵਾਨ ਬਣ ਜਾਓ, ਸਤਿਗੁਰੂ ਨੇ ਤੁਹਾਡਾ ਸੁਭਾਅ ਚੰਗਾ ਸੁਭਾਅ ਚੇਂਜ ਹੋ ਜਾਓ। ਅਤੇ ਸੁਭਾਅ ਚੇਂਜ ਕਰਨ ਦਾ ਸਤਿਗੁਰੂ ਤਰੀਕਾ ਵੀ, ਨੇਮ ਨਾਲ ਜੇ ਨਿਤਨੇਮ ਕਰੇਗਾ ਨਾ ਮਨੁੱਖ, ਉਹਦੇ ਸਿਮਰਨ 'ਚ ਟਿਕੇਗਾ, ਦੋ ਹੀ ਗੱਲਾਂ ਮਨੁੱਖ ਦਾ ਸੁਭਾਅ ਚੇਂਜ ਕਰ ਸਕਦੀਆਂ ਕਿ ਮਨੁੱਖ ਦਾ ਅਨੁਭਵ ਜਾਗ ਪਵੇ। ਹਾਂਜੀ, ਜਦ ਤੱਕ ਅਨੁਭਵ ਨਹੀਂ ਜਾਗਦਾ ਉਦੋਂ ਤੱਕ ਸੁਭਾਅ ਨਹੀਂ ਚੇਂਜ। ਬਿਲਕੁਲ, ਮਨੁੱਖ ਆਤਾਂ ਜਿੰਦਾ ਆ, ਕਹਿੰਦੇ ਦੁਨੀਆਂ ਦਾ ਵੱਡੇ ਤੋਂ ਵੱਡਾ ਵਿਦਵਾਨ ਮਨੁੱਖ, ਬੇਸ਼ੱਕ ਉਹ ਅਲਬਰਟ ਆਈਨਸਟਾਈਨ ਹੀ ਹੋਵੇ ਜੀ ਜੀ, ਉਹਨੇ ਵੀ ਆਪਣੇ ਦਿਮਾਗ, ਜਿੰਨਾ ਦਿਮਾਗ ਟੋਟਲ ਹੈਗਾ ਸੀ ਉਹਦੇ, ਕਹਿੰਦੇ ਬਾਅਦ 'ਚ ਖੋਜਾਂ ਕੀਤੀਆਂ, ਉਹਨੇ 15% ਤੋਂ ਜ਼ਿਆਦਾ ਹਿੱਸਾ ਨਹੀਂ ਸੀ ਵਰਤਿਆ। ਪਰ ਸੁਭਾਅ 'ਚ ਜਦੋਂ ਚੇਂਜ ਆਉਂਦੀ ਹੈ, ਸੁਭਾਅ ਜਦੋਂ ਤੁਹਾਡਾ ਚੇਂਜ ਹੁੰਦਾ, ਸੁਭਾਅ 'ਚ ਜਦੋਂ ਤੁਹਾਡੇ ਇੱਕ ਉਹ ਇੱਕ ਭਾਵ ਜਾਗਦੇ ਨੇ ਨਾ, ਉਦੋਂ ਤੁਹਾਡੇ ਦਿਲ ਅਤੇ ਦਿਮਾਗ ਵੀ ਪੂਰੇ ਖੁੱਲ੍ਹਦੇ ਆ ਜੀ ਜੀ। ਖੈਰ, ਅਤੇ ਜਿਹੜਾ ਸੁਭਾਅ ਚੇਂਜ ਕਰਨ ਦਾ ਤਰੀਕਾ ਇੱਕੋ ਇੱਕ ਹੈ ਕਿ ਤੁਸੀਂ ਸੰਗਤ ਕਰੋ। ਅਤੇ ਸਤਿਗੁਰੂ ਸੰਗਤ ਦਾ ਤਰੀਕਾ ਦੱਸ ਰਹੀ, ਤੂੰ ਨਿਤਨੇਮ ਵੀ ਸਵੇਰੇ ਕਰਨਾ ਹੈ, ਤੂੰ ਸਿਮਰਨ ਵੀ ਕਰਨਾ ਹੈ, ਆਪਣੇ ਆਪ ਨਾਲ ਜੁੜਨਾ, ਆਪਣੇ ਆਪ ਦੀ ਸੰਗਤ ਵੀ ਕਰਨੀ ਆ, ਗੁਰੂ ਦੀ ਸੰਗਤ ਵੀ ਕਰਨੀ। ਅਤੇ ਸਤਿਗੁਰੂ ਨੇ ਦੋ ਵੇਲੇ ਦੀਵਾਨ ਲਾਉਣ ਦੀ ਗੱਲ ਉੱਥੇ ਕਰਤੀ, ਕਿਉਂਕਿ ਆਪਣੇ ਸਿੱਖਾਂ ਦੇ ਸੁਭਾਅ ਨੂੰ ਵੀ ਕਾਇਮ ਰੱਖਣਾ ਸਿੱਖਾਂ ਵਾਲਾ ਜੀ, ਅਤੇ ਜਿਹੜੇ ਸਲਾਹੀ ਚੰਦ ਅਤੇ ਹੋਰ ਸ਼ਰਧਾਲੂ ਉੱਥੇ ਨਵੇਂ ਜੁੜੇ ਆ, ਹਾਂਜੀ, ਉਹਨਾਂ ਦਾ ਸੁਭਾਅ ਵੀ ਚੇਂਜ ਕਰਨਾ। ਸਤਿਗੁਰੂ ਨੇ ਦੋ ਵੇਲੇ ਦੀਵਾਨ ਲਾਉਣ ਦੀ ਗੱਲ ਕਰ ਦਿੱਤੀ, ਐਲਾਨ ਕਰ ਦਿੱਤਾ ਜੀ। ਹੁਣ ਸਤਿਗੁਰੂ ਲਗਾਤਾਰ ਬਿਨਾਂ ਉਸ ਮਹਿਲ ਚੋਂ ਬਾਹਰ ਨਿਕਲਣ ਤੋਂ ਇੱਕ ਹਫ਼ਤਾ ਰਹੇ ਆ। ਓਕੇ, ਇੱਕ ਹਫ਼ਤੇ ਬਾਅਦ ਸਤਿਗੁਰੂ ਨੇ ਨਿਰਣਾ ਲਿਆ। ਹਾਂਜੀ, ਤਕਰੀਬਨ 6-7 ਦਿਨ ਸਤਿਗੁਰੂ ਰਹੇ ਆ ਉਹਦੇ ਮਹਿਲ ਦੇ ਅੰਦਰ, ਠੀਕ ਹੈ, ਔਰ 6-7 ਦਿਨ ਲਗਾਤਾਰ ਸਵੇਰੇ ਸ਼ਾਮ ਦੋ ਵੇਲੇ ਦੀਵਾਨ ਲੱਗੇ ਆ। ਠੀਕ ਹੈ, ਦੀਵਾਨ ਵੀ ਲੱਗੇ ਆ, ਜਿਹੜਾ ਬਾਕੀ ਦਿਨ ਦਾ ਟਮਾ ਟਾਈਮ ਹੁੰਦਾ ਉਹਦੇ ਸਤਿਗੁਰੂ ਨੇ ਆਪਣੀ ਪੂਰੀ ਫੌਜ ਦੀ ਅਨੰਦਪੁਰ ਛੱਡ ਕੇ ਆਏ ਆ, ਕਿਲ੍ਹਿਆਂ 'ਚ ਲੜੇ ਆ, ਕਿਲ੍ਹਿਆਂ ਤੋਂ ਬਾਅਦ 'ਚ ਅਨੰਦਪੁਰ ਛੱਡ ਕੇ ਆਏ ਆ, ਜੰਗ ਲੜ ਕੇ ਆਏ ਆ, ਫੌਜ ਦੇ ਵਿੱਚ ਬਹੁਤ ਸਾਰੇ ਨਰਮੋਹਗੜ੍ਹ ਦੀ ਜੰਗ, ਮੈਂ ਕਿਹਾ ਜੀ ਵੱਡੀ ਜੰਗ ਸੀ ਜੀ ਜੀ ਜੀ, ਨਰਮੋਹਗੜ੍ਹ ਦੀ ਜੰਗ ਦਾ ਜਿੱਡਾ ਵੱਡਾ ਮਹੱਤਵ ਸੀ, ਮੈਂ ਦੁਹਰਾ ਕੇ ਗੱਲ ਆਖਦੇ ਹਾਂ, ਉਹਨਾਂ ਮਹੱਤਵ ਨਹੀਂ ਉਹਨੂੰ ਦਿੱਤਾ ਗਿਆ। ਨਰਮੋਹਗੜ੍ਹ ਦੀ ਜੰਗ ਕਿਲ੍ਹੇ ਤੋਂ ਬਾਹਰ ਨਿਕਲ ਕੇ ਲੜੀ ਗਈ ਪਹਿਲੀ ਜੰਗ ਸੀਗੀ, ਜਿਹੜੀ ਇੱਕ ਦਿਨ ਨਹੀਂ ਕਈ ਦਿਨ ਲਗਾਤਾਰ ਲੜੀ ਗਈ ਆ, ਔਰ ਪਹਾੜੀ ਫੌਜਾਂ ਅਤੇ ਮੁਗਲ ਫੌਜਾਂ ਨਾਲ ਦਵੱਲੇ ਤਰੀਕੇ ਦੇ ਤੌਰ 'ਤੇ ਲੜੀ ਗਈ ਆ, ਤੁਰਦਿਆਂ ਤੁਰਦਿਆਂ ਲੜੀ ਗਈ ਆ, ਰੜੇ ਮੈਦਾਨ ਵਿੱਚ ਲੜੀ ਗਈ ਆ, ਔਰ ਲੜਦਿਆਂ ਲੜਦਿਆਂ ਤੁਰਿਆ ਗਿਆ ਜੀ ਜੀ। ਆਉਣ ਵਾਲੇ ਸਮੇਂ ਲਈ ਸਤਿਗੁਰੂ ਇਤਿਹਾਸ ਰਚਦਾ ਸੀ, ਹਾਂਜੀ, ਸਿੰਘਾਂ ਨੂੰ ਸਿਖਾ ਰਿਹਾ ਸੀ ਕਿ ਤੁਰਦਿਆਂ ਤੁਰਦਿਆਂ ਕਿਵੇਂ ਲੜੀਦਾ, ਲੜਦਿਆਂ ਲੜਦਿਆਂ ਕਿਵੇਂ ਤੁਰੀਦਾ, ਰੜੇ ਮੈਦਾਨ 'ਚ ਕਿਵੇਂ ਲੜੀਦਾ, ਪਹਾੜੀਆਂ ਦੀ ਓਟ 'ਚ ਕਿਵੇਂ ਲੜੀਦਾ, ਥੋੜ੍ਹੇ ਸਾਧਨਾਂ ਦੇ ਨਾਲ ਵੱਡੀਆਂ ਫੌਜਾਂ ਨਾਲ ਕਿਵੇਂ ਲੜੀਦਾ, ਔਰ ਉਹਨਾਂ ਵਿੱਚੋਂ ਬਚ ਕੇ ਕਿਵੇਂ ਨਿਕਲੀਦਾ। ਸਤਿਗੁਰੂ ਸਾਰਾ ਕੁਛ ਸਿੱਖਾਂ ਨੂੰ ਸਮਝਾ ਗਿਆ ਨਰਮੋਹਗੜ੍ਹ ਦੀ ਜੰਗ ਦੇ ਵਿੱਚ, ਬਹੁਤ ਪਿਆਰੇ ਛਿੱਟੇ ਜੀ।
ਪਰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਹੁਤ ਜ਼ਿਆਦਾ ਸਿੰਘ ਸ਼ਹੀਦ ਹੋਇਆ। ਨਾਮਵਰ ਸਿੰਘਾਂ ਦੇ ਵਿੱਚ ਆਪਾਂ ਕਿੰਨੇ ਗਿਣੇ ਸੀਗੇ? ਜੀ 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 14-15 ਸਿੰਘਾਂ ਦੇ ਆਪਾਂ ਨਾਮਵਰ ਸਿੰਘਾਂ ਦੇ ਨਾਂ ਗਿਣੇ ਸੀਗੇ, ਜਿਹੜੇ ਸਤਿਗੁਰ ਦੇ ਬਹੁਤ ਨੇੜੇ ਨੇੜੇ ਸੀਗੇ ਜੀ। ਔਰ ਇੱਕ ਤਰ੍ਹਾਂ ਦੀ ਜਦੋਂ ਆਪਾਂ ਗਿਣਦੇ ਹੋਈਏ ਮਰਜੀਵ ਨੇ ਸਤਿਗੁਰ ਦੇ ਆਲੇ ਦੁਆਲੇ 40 ਹੁੰਦੇ ਸੀਗੇ ਹਾਂਜੀ, ਤੇ ਉਹਨਾਂ 'ਚੋਂ 13-14 ਸ਼ਹੀਦ ਹੋਣ ਦੀ ਗੱਲ ਜਦੋਂ ਚੁਣ ਲਈ ਆਪਾਂ, ਤੇ ਫਿਰ ਸੋਚੋ ਕਿ ਸੋਚ ਲਓ ਵੀ ਕਿੱਡਾ ਵੱਡਾ ਨੁਕਸਾਨ ਹੋਇਆ ਜੀ ਜੀ। ਇੱਕ ਤਰ੍ਹਾਂ ਪੂਰੀ ਪੂਰੀ ਜਿਹੜੀ ਨਾ ਇੱਕ ਜਿਹੜੀ ਰੱਖਿਆ ਦੀ ਪਾਰ ਆ ਉਹ ਟੁੱਟਣ ਵਾਲੀ ਗੱਲ ਹੋ ਜਾਂਦੀ ਆ ਜੀ। ਤੇ ਇੱਥੇ ਸਤਿਗੁਰੂ ਨੇ ਬਸਾਲੀ 'ਚ ਬੈਠ ਕੇ ਦੁਬਾਰਾ ਫੌਜਾਂ ਦੀ ਖਾਲਸੇ ਦੇ ਦਲ ਦੀ ਲਾਮਬੰਦੀ ਕੀਤੀ ਆ ਜੀ। ਉਹਨੂੰ ਦੁਬਾਰਾ ਦੁਬਾਰਾ ਜਿਹੜਾ ਜਿਹੜਾ ਗਰੁੱਪ ਦਾ ਜਿਹੜੇ ਜਿਹੜੇ ਜਥੇਦਾਰ ਜਥੇਦਾਰ ਗਿਆ ਉਹਦਾ ਜਥੇਦਾਰ ਥਾਪਿਆ ਆ, ਜਿੱਥੇ ਜਿੱਥੇ ਹੋਰ ਲੋੜਾਂ ਪਈਆਂ ਉਹ ਸਾਰੀਆਂ ਕੀਤੀਆਂ, ਜਿੱਥੇ ਸ਼ਸਤਰਾਂ ਦੀ ਘਾਟ ਹੋਈ ਆ ਮਹਿਸੂਸ ਹੋਈ ਉੱਥੇ ਸ਼ਸਤਰ ਨਵੇਂ ਕੁਛ ਖਰੀਦੇ ਗਏ ਆ, ਕੁਛ ਨਵੇਂ ਬਣਵਾਏ ਗਏ ਆ ਜੀ, ਜਿਹੜੇ ਕੁਛ ਰਾਜਾ ਸਲਾਹੀ ਚੰਦ ਨੇ ਭੇਟ ਕੀਤੇ ਆ ਠੀਕ ਠੀਕ, ਤੇ ਕੁਛ ਉਹਦੇ ਜਿਹੜੇ ਰਿਆਸਤ ਦੇ ਕਾਰੀਗਰ ਸੀ ਉਹਨਾਂ ਦੇ ਕੋਲੋਂ ਸਤਿਗੁਰ ਨੇ ਆਪਣੀ ਮਰਜ਼ੀ ਨਾਲ ਹਥਿਆਰਾਂ ਨੂੰ ਨਵੀਂ ਸ਼ੇਪ ਦਿੱਤੀ ਆ ਜੀ। ਇਹਨਾਂ ਦਿਨਾਂ ਦੇ ਵਿੱਚ ਬੈਠ ਕੇ ਸੋ 7 ਦਿਨਾਂ ਦੇ ਵਿੱਚ ਸਤਿਗੁਰ ਔਰ ਕਿੰਨੀ ਤੇਜ਼ੀ ਨਾਲ ਕੀਤੀ ਹੋਈ ਜੀ। ਅੱਜ ਵੀ ਫੌਜਾਂ ਨੂੰ ਨਵੀਂ ਲਾਮਬੰਦੀ ਦੇਣੀ ਹੋਵੇ ਤੇ ਮਹੀਨਿਆਂ ਨਹੀਂ ਸਾਲਾਂ ਬੰਦੀ ਕਈ ਵਾਰੀ ਸਮਾਂ ਲੱਗ ਜਾਂਦਾ ਜੀ। ਮੈਂ ਉਦਾਹਰਨ ਦੇ ਲਵਾਂ ਬੇਸ਼ੱਕ ਹਾਂਜੀ, ਮਨਮੋਹਨ ਸਿੰਘ ਸੀ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਜੀ, ਜਦੋਂ ਰਾਫੇਲ ਦੇ ਸੌਦੇ ਦੀ ਗੱਲ ਤੁਰੀ ਹੋਈ ਸੀ ਔਰ ਜਾ ਕੇ 10 ਸਾਲ ਉਹਦਾ ਰਾਜ ਉਹ ਤੋਂ ਪਹਿਲਾਂ ਤੁਰੀ ਹੋਈ ਸੀ ਹਾਂਜੀ, 10 ਸਾਲ ਉਹਦਾ ਰਾਜ ਰਿਹਾ ਤੇ ਮੋਦੀ ਦੀ ਪਹਿਲੀ ਟਰਮ ਤੇ ਦੂਜੀ ਟਰਮ ਵੇਲੇ ਜਾ ਕੇ ਉਹ ਤਕਰੀਬਨ ਜਾਣੀ 15-16 ਸਾਲ ਲੱਗ ਗਏ ਉਹਨਾਂ ਹਥਿਆਰਾਂ ਨੂੰ ਰਾਫੇਲ ਇੰਡੀਆ ਨੂੰ ਦੇਣ ਲਈ, ਤਾਂ ਹਾਲੇ ਪੂਰੀ ਖੇਪ ਨਹੀਂ ਗਈ, ਪਹਿਲੀ ਖੇਪ ਗਈ ਹੈ 3-4 ਜਹਾਜ਼ਾਂ ਦੀ ਜੀ ਜੀ ਜੀ। ਔਰ ਅੱਜ ਦਾ ਜਦੋਂ ਬੜਾ ਤੇਜ਼ੀ ਦਾ ਯੁੱਗ ਆ ਉਦੋਂ ਹਾਂਜੀ ਹਥਿਆਰ ਵੀ ਉੱਦਾਂ ਦੇ ਤੇਜ਼ ਹੋ ਗਿਆ, ਪਰ ਉਦੋਂ ਵੀ ਬੜੀ ਤੇਜ਼ੀ, ਉਦੋਂ ਜਦੋਂ ਜੀਵਨ ਇੰਨਾ ਤੇਜ਼ੀ ਵਾਲਾ ਨਹੀਂ ਸੀ ਹੁੰਦਾ, ਪਰ ਉਦੋਂ ਵੀ ਉਦੋਂ 7 ਦਿਨਾਂ ਦੇ ਵਿੱਚ ਫੌਜ ਨੂੰ ਨਵੀਂ ਲਾਮਬੰਦੀ ਦੇ ਦੇਣੀ ਇੱਕ ਸੈਨਾਪਤੀ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਦੀ ਕਮਾਲ ਦੀ ਗੱਲ ਹੈ ਕਿ ਫੌਜ ਨੂੰ ਦੁਬਾਰਾ ਹਥਿਆਰ ਮੁਹੱਈਆ ਕਰਵਾ ਦੇਣੇ ਜੀ, ਫੌਜੀਆਂ ਦੁਬਾਰਾ ਜਿਹੜੀ ਕਤਾਰਬੰਦੀ ਕਰ ਦੇਣੀ, ਲਾਮਬੰਦੀ ਕਰ ਦੇਣੀ, ਉਹਦੇ ਜਿਹੜੇ ਜਥੇਦਾਰ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਥਾਂ 'ਤੇ ਜਥੇਦਾਰਾਂ ਦੀ ਪੂਰਤੀ ਕਰ ਦੇਣੀ ਔਰ ਨਵੀਂ ਫੌਜ ਭਰਤੀ ਕਰਨੀ ਸ਼ੁਰੂ ਕਰਨੀ। ਉਹਨਾਂ ਨੇ 7 ਦਿਨ ਜਦੋਂ ਪਤਾ ਲੱਗਾ ਸਤਿਗੁਰੂ ਉੱਥੇ ਆ, ਦੂਰੋਂ ਦੂਰੋਂ ਸਿੰਘ ਆਉਂਦੇ ਆ ਮੱਥਾ ਟੇਕਣ ਆਉਂਦੇ ਆ, ਕੋਈ ਭੇਟਾ ਲੈ ਕੇ ਆਉਂਦਾ, ਕੋਈ ਸ਼ਸਤਰ ਲੈ ਕੇ ਜਾਂਦਾ, ਕੋਈ ਅਸ਼ਤਰ ਲੈ ਕੇ ਆਉਂਦਾ ਆ, ਕੋਈ ਘੋੜਾ ਲੈ ਕੇ ਆਉਂਦਾ ਆ ਔਰ ਕੋਈ ਭੇਟਾਵਾਂ ਲੈ ਕੇ ਆਉਂਦਾ ਆ। ਅਤੇ ਸਤਿਗੁਰ ਨੇ ਪਹਿਲਾ ਕੰਮ ਜਿਹੜਾ ਕੀਤਾ, ਕਿਉਂਕਿ ਜਦੋਂ ਜੰਗ ਦੇ ਮੈਦਾਨ 'ਚ ਤੁਸੀਂ ਹੋਈਏ, ਜਦੋਂ ਪਤਾ ਹੋਵੇ ਕਿ ਆਲੇ ਦੁਆਲੇ ਜੰਗ ਆ, ਹੋ ਸਕਦੀ ਤੁਹਾਡੇ ਆਲੇ ਦੁਆਲੇ ਪਹਾੜੀ ਜਦੋਂ ਮਰਜ਼ੀ ਬਾਈ ਧਾਰ ਦੇ ਰਾਜੇ ਸਲਾਹੀ ਚੰਦ ਉੱਤੇ ਹਮਲਾਵਰ ਹੋ ਸਕਦੇ ਆ, ਜਦੋਂ ਮਰਜ਼ੀ ਸਲਾਹੀ ਚੰਦ ਦੇ ਉੱਤੇ ਦਬਾਅ ਪੈ ਸਕਦਾ ਆ, ਕਿਉਂਕਿ ਹੈਗਾ ਤਾਂ ਇਹ ਰਾਜਾ ਜਿਹੜਾ ਭੀਮ ਚੰਦ ਸੀ, ਅਜਮੇਰ ਚੰਦ ਹੋਣੀ ਕਹਿਲੂਰ ਵਾਲੇ, ਉਹਨਾਂ ਦੀ ਦਾਦੀ ਦਾ ਜੀਜਾ ਆ ਜੀ 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 ਜੀ, ਯਾਨੀ ਰਿਸ਼ਤੇਦਾਰੀ ਆ ਹਾਂਜੀ ਹਾਂਜੀ, ਕਿ ਰਾਜਾ ਜਿਹੜਾ ਭੀਮ ਸਿੰਘ ਸੀਗਾ ਕਹਿਲੂਰ ਵਾਲਾ, ਉਹਦੀ ਜਿਹੜੀ ਦਾਦੀ ਸੀਗੀ ਜੀ, ਉਹਦੀ ਭੈਣ ਰਾਜਾ ਸਲਾਹੀ ਚੰਦ ਦੇ ਘਰ ਵਾਲੀ ਆ, ਯਾਨੀ ਕਿ ਉਹਦੀ ਦਾਦੀ ਦਾ ਜੀਜਾ ਆ ਜੀ ਜੀ ਜੀ, ਤੇ ਹੈਗੀ ਤਾਂ ਰਿਸ਼ਤੇਦਾਰੀ ਆ ਨਾ ਸਾਰਿਆਂ ਦੀ ਹਾਂਜੀ, ਔਰ ਸਾਰੇ ਬਾਈ ਧਰੀ ਆਪਸੀ ਚ ਰਿਸ਼ਤੇਦਾਰ ਸੀਗੇ ਜੀ, ਤੇ ਕੀ ਪਤਾ ਕਦੋਂ ਰਿਸ਼ਤੇਦਾਰ ਦਾ ਦਬਾਅ ਪੈ ਜਾ, ਸਲਾਹੀ ਚੰਦ ਅੱਖਾਂ ਫੇਰ ਜਾ, ਉਹਦੇ ਲਈ ਫੌਜ ਤਿਆਰ ਚਾਹੀਦੀ, ਜੇ ਤੁਹਾਡੇ ਕੋਲ ਫੌਜ ਤਿਆਰ ਨਹੀਂ, ਜੇ ਤੁਹਾਡੇ ਕੋਲ ਸੈਨਿਕ ਤਿਆਰ ਨਹੀਂ, ਤੁਹਾਡਾ ਦਲ ਬਲ ਤਿਆਰ ਨਹੀਂ, ਤੇ ਤੁਸੀਂ ਕਿੱਦਾਂ ਮੁਕਾਬਲਾ ਕਰੋ ਜੀ ਇਹਨਾਂ 'ਚ ਵਿਚਰਨਾ? ਤੇ ਸਤਿਗੁਰੂ ਖਾਲਸੇ ਨੂੰ ਬੇਖੌਫ ਹੋ ਕੇ ਵਿਚਰਨਾ ਸਿਖਾਉਂਦਾ ਹੈ, ਤੇ ਸਤਿਗੁਰੂ ਪੂਰੀ ਤਿਆਰੀ ਕਰਨੀ ਵੀ ਸਿਖਾਉਂਦਾ ਹੈ। 7 ਦਿਨਾਂ ਦੇ ਵਿੱਚ ਸਤਿਗੁਰੂ ਨੇ ਦੁਬਾਰਾ ਪੂਰੀ ਪੂਰੀ ਫੌਜ ਦੀ ਲਾਮਬੰਦੀ ਕਰ ਦਿੱਤੀ, ਇੱਕ ਬੰਨੇ ਫੌਜ ਦੀ ਲਾਮਬੰਦੀ ਹੋ ਰਹੀ ਆ, ਦੂਜੇ ਬੰਨੇ ਸਵੇਰੇ ਅੰਮ੍ਰਿਤ ਵੇਲੇ ਕੀਰਤਨ ਹੋ ਰਿਹਾ ਆ, ਨਿਤਨੇਮ ਸਤਿਗੁਰੂ ਜੀ ਨਾਲ ਕਰਾ ਰਿਹਾ, ਕੀਰਤਨ ਕਰਾ ਰਿਹਾ, ਵਖਿਆਨ ਕਰ ਰਿਹਾ, ਸਤਿਗੁਰੂ ਆਪ ਤੌਸ ਨਾਂ ਦਾ ਸਾਜ ਫੜ ਕੇ ਕੀਰਤਨ ਕਰਦੇ ਆ, ਸਤਿਗੁਰੂ ਦੀ ਆਪਣੀ ਘਾਟ ਸੀ, ਉਹਦੇ ਨਾਲ ਸਤਿਗੁਰੂ ਕੀਰਤਨ ਕਰਦੇ ਹੁੰਦੇ ਸੀਗੇ। ਸੋ ਹਰ ਜਸ ਹੁੰਦਾ ਆ, ਦੋ ਵੇਲੇ ਦਾ ਦੀਵਾਨ ਸਜਦਾ, ਉਪਦੇਸ਼ ਹੁੰਦਾ ਆ, ਨਵੇਂ ਸਿੰਘ ਸੱਜ ਰਹੇ ਆ, ਦੂਰੋਂ ਜਦੋਂ ਪਤਾ ਲੱਗਦਾ ਸਿੰਘ ਮੱਥੇ ਟੇਕਣ ਆ ਰਿਹਾ, ਪਟਾਵਾਂ ਚੜ੍ਹਾਈਆਂ ਜਾ ਰਹੀਆਂ, ਅਤੇ ਇੱਦਾਂ ਲੱਗਦਾ ਕਿ ਹੁਣ ਜਿਹੜੀ ਬਸਾਲੀ ਰਿਆਸ ਜਾਣਾ ਇਹੀ ਅਨੰਦਪੁਰ ਬਣ ਗਿਆ ਜੀ। ਰੌਣਕਾਂ ਇੱਦਾਂ ਲੱਗ ਰਹੀਆਂ ਜਿੱਥੇ ਸਤਿਗੁਰੂ ਬੈਠ ਗਿਆ ਉੱਥੇ, ਹਾਂਜੀ ਉੱਥੇ ਰੌਣਕਾਂ ਲੱਗ ਗਈਆਂ, ਰੌਣਕਾਂ ਲੱਗ ਜਾਂਦੀਆਂ ਹਾਂਜੀ। ਐਵੇਂ ਨਹੀਂ ਗੁਰਬਾਣੀ ਨੇ ਆਖਿਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜ। ਹੁਣ ਬਸਾਲੀ ਬਸਾਲੀ ਰਿਆਸਤ ਇਹਦੇ ਆ ਗਈ, ਹੁਣ ਬਸਾਲੀ ਦਾ ਜਿਹੜਾ ਇੱਕ ਤਰ੍ਹਾਂ ਦਾ ਮੁਖੱਤਰ ਆ ਨਾ, ਉਹ ਗੁਰਦੁਆਰੇ ਵਾਲਾ ਬਣ ਗਿਆ, ਉਹਦਾ ਰੁਤਬਾ ਗੁਰਦੁਆਰੇ ਬਣ ਗਿਆ, ਕਿਉਂਕਿ ਉੱਥੇ ਗੁਰੂ ਬੈਠਾ ਆ। ਔਰ ਸਤਿਗੁਰ ਨੇ ਦੂਰੋਂ ਦੂਰੋਂ ਸਿੱਖ ਆਉਂਦੇ ਆ ਜੀ, ਸਤਿਗੁਰਾਂ 'ਤੇ ਬਖਸ਼ਿਸ਼ਾਂ ਕਰਦੇ ਆ, ਰਹਿਮਤਾਂ ਕਰਦੇ ਆ, ਜਿੱਦਾਂ ਜਿੱਦਾਂ ਪਤਾ ਲੱਗਦਾ ਉੱਦਾਂ ਆਉਂਦੇ ਆ। ਨਰਮੋਹਗੜ੍ਹ ਦੀ ਜੰਗ ਸੁਣ ਕੇ ਕੋਈ ਤੁਰੇ ਹੋਣਗੇ, ਕੁਛ ਅਨੰਦਪੁਰ ਸਤਿਗੁਰੂ ਨੇ ਛੱਡਿਆ ਤਾਂ ਤੁਰੇ ਹੋਣਗੇ, ਹੁਣ ਪਤਾ ਲੱਗ ਗਿਆ ਸਤਿਗੁਰੂ ਇੱਕ ਥਾਂ 'ਤੇ ਬੈਠ ਕੇ ਦੋਨੋਂ ਤੁਰ ਪੈ ਸਾਰੇ ਜੀ, ਅਤੇ ਆਉਂਦੇ ਆ ਸਤਿਗੁਰੂ ਨੂੰ ਨਮਸਕਾਰਾਂ ਕਰਦੇ ਆ, ਅਰਦਾਸਾਂ ਕਰਦੇ, ਬੇਨਤੀਆਂ ਕਰਦੇ, ਜੋਧਿਆਂ ਕਰਦੇ, ਕਹਿੰਦੇ ਸਤਿਗੁਰੂ ਤੁਸੀਂ ਬੜੀ ਕਿਰਪਾ ਕੀਤੀ, ਤੁਰਠ ਕੇ ਦਰਸ਼ਨ ਦੇ ਦਿੱਤੇ, ਤੁਸੀਂ ਸਾਡੇ ਲਈ ਇੱਕ ਸੇਵਾ ਦੱਸੋ ਜੀ ਜੀ, ਜੋ ਅਸੀਂ ਕਰ ਸਕਦੇ ਉਹ ਦੱਸਿਓ ਦੱਸੋ ਸਤਿਗੁਰੂ ਜੀ। ਅਤੇ ਸਤਿਗੁਰੂ ਬਖਸ਼ਿਸ਼ਾਂ ਮੰਡੀ ਜਾਂਦੇ ਜਿੱਦਾਂ ਜਦੋਂ ਉਹਦੇ ਸਤਿਗੁਰੂ ਉੱਦਾਂ ਬਖਸ਼ਿਸ਼ਾਂ ਵੰਡਦੇ ਆ, ਔਰ ਇੱਦਾਂ 7 ਦਿਨ ਲਗਾਤਾਰ ਚੱਲਿਆ ਜੀ।
ਹੁਣ ਫੌਜਾਂ ਦੀ ਲਾਮਬੰਦੀ ਹੋ ਗਈ ਆ, ਹਾਂਜੀ ਹਥਿਆਰ ਹੋ ਗਏ ਆ ਜੀ, ਪੂਰੀ ਦੀ ਪੂਰੀ ਤਿਆਰੀ ਹੋ ਗਈ ਆ, ਤਿਆਰੀ ਹੋ ਗਈ ਆ, ਦਸਤਿਆਂ ਦੀ ਫੌਜੀ ਦਸਤਿਆਂ ਦੀ ਤਿਆਰੀ ਹੋ ਗਈ ਤੇ ਹੁਣ ਸਤਿਗੁਰੂ ਸੱਤਵੇਂ ਦਿਨ ਫਿਰ, ਹਾਂਜੀ ਸੱਤ ਦਿਨ ਪੂਰੇ ਕਰਨ ਤੋਂ ਬਾਅਦ ਅੱਠਵੇਂ ਦਿਨ ਕਹਿ ਲਓ ਸਤਿਗੁਰੂ ਜੀ ਮਹਿਲ ਤੋਂ ਬਾਹਰ ਨਿਕਲੇ ਆ, ਠੀਕ ਹੈ, ਤੇ ਜਾਣਾ ਕਿ ਸ਼ਿਕਾਰ ਖੇਡਣ ਜਾਣਾ, ਹਾਂਜੀ ਕਿਉਂਕਿ ਤੁਸੀਂ ਜਿੰਨੀ ਮਰਜ਼ੀ ਕਤਾਰਬੰਦੀ ਫੌਜਾਂ ਦੀ ਕਰੀ ਜਾਓ, ਲਾਮਬੰਦੀ ਕਰੀ ਜਾਓ, ਜੇ ਉਹਨਾਂ ਕੋਲ ਪ੍ਰੈਕਟਿਸ ਨਹੀਂ ਹੈ ਜੀ 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 ਰਿਹਰਸਲ ਨਹੀਂ ਹੈ, ਹਾਂਜੀ ਤਾਂ ਤੁਸੀਂ ਪ੍ਰਾਪਤੀਆਂ ਨਹੀਂ ਕਰ ਸਕਦੇ। ਤੁਸੀਂ ਕਦੀ ਜਿਹੜੀਆਂ ਫੌਜਾਂ ਹੁੰਦੀਆਂ ਉਹਨਾਂ ਨੂੰ ਕਿਉਂ ਅਮਨ ਦੇ ਦਿਨਾਂ 'ਚ, ਅੱਜ ਤਾਂ ਲੜਾਈ, ਅੱਜ ਕੱਲ੍ਹ ਤਾਂ ਲੜਾਈਆਂ ਬਹੁਤ ਘੱਟ ਹੁੰਦੀਆਂ ਜੀ, ਸਾਲਾਂ ਸਾਲਾਂ ਦਹਾਕੇ ਦਹਾਕੇ ਬੰਦੀ ਲੜਾਈਆਂ ਹੁੰਦੀਆਂ, ਆਪਾਂ ਇੰਡੀਆ ਦੀ ਗੱਲ ਕਰ ਲਈਏ, 1971 ਤੋਂ ਬਾਅਦ ਵੱਡੀ ਜੰਗ ਨਹੀਂ ਲੜੀ, ਕਾਰਗਿਲ ਵਾਲੀ ਗੱਲ ਕਰ ਲਓ, ਛੋਟੀ ਛੋਟੀ ਝੜਪਾਂ, ਪਰ ਫੌਜ ਦੀ ਸਿਖਲਾਈ ਦੇ ਨਾਲ ਨਾਲ ਹੁੰਦੀ ਆ ਨਾ, ਹਾਂਜੀ 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 ਹਾਂਜੀ, ਫੌਜ ਦੀ ਰੋਜ਼ ਪਰੇਡ ਹੁੰਦੀ ਆ, ਰੋਜ਼ ਉਸ ਵੇਲੇ ਉੱਠਣਾ ਪੈਂਦਾ ਆ, ਰੋਜ਼ ਉਹਨਾਂ ਨੂੰ ਮਸ਼ਕਾਂ ਕਰਨੀਆਂ ਪੈਂਦੀਆਂ ਜੰਗਾਂ ਦੀਆਂ, ਤੇ ਇਹ ਰੋਜ਼ ਦਿਹਾੜੀ ਕਰਨ ਦਾ ਮਤਲਬ ਹੁੰਦਾ ਕਿ ਉਹਨਾਂ ਦੀ ਜਿਹੜੀ ਫੁਰਤੀ ਆ ਨਾ ਤੇ ਚੁਸਤੀ ਉਹ ਕਾਇਮ ਰਹੇ ਜੀ ਜੀ, ਤੇ ਹੁਣ 7 ਦਿਨ ਸਤਿਗੁਰ ਨੇ ਪੂਰੀ ਪਾਲਬੰਦੀ ਕਰ ਲਈ ਆ, ਕਤਾਰਬੰਦੀ ਕਰ ਲਈ, ਹਥਿਆਰਾਂ ਦੀ ਜਿੱਥੇ ਜਿੱਥੇ ਘਾਟ ਸੀ ਉਹ ਪੂਰੀ ਕਰ ਲਈ, 7 ਦਿਨਾਂ ਦੀ ਕੀਤੀ ਸਤਿਗੁਰ ਨੇ, ਤੇ ਸਤਿਗੁਰੂ ਹੁਣ 8ਵੇਂ ਦਿਨ ਇਸ ਕਿਲੇ ਚੋਂ ਬਾਹਰ ਨਿਕਲੇ, ਕਿੱਥੇ ਜਾਣਾ ਜੀ, ਸ਼ਿਕਾਰ ਖੇਡਣ ਜਾਣਾ, ਸ਼ਿਕਾਰ ਜਿਹੜੀ ਉਹ ਜੰਗ ਦੀ ਇੱਕ ਤਰ੍ਹਾਂ ਦੀ ਮਸ਼ਕ ਆ ਜੀ, ਕਿਸ ਤਰ੍ਹਾਂ ਜੰਗ ਲੜੀ ਜਾਂਦੀ ਹੈ, ਹਾਂਜੀ, ਔਰ ਸਤਿਗੁਰੂ ਜੀ ਸ਼ਿਕਾਰ ਕਰਨ ਲਈ ਬਾਹਰ ਨਿਕਲਿਆ ਜੀ, ਸਤਿਗੁਰੂ ਨੂੰ ਕਈ ਵਾਰੀ ਕਹਿ ਦਿੰਦੇ ਸਤਿਗੁਰੂ ਜੀ ਸ਼ਿਕਾਰ ਦੇ ਬਹੁਤ ਸ਼ੌਕੀਨ ਸੀਗੇ, ਸਤਿਗੁਰੂ ਨਾਲ ਸ਼ੌਕੀਨ ਸ਼ਬਦ ਜੋੜਨਾ ਹੀ ਠੀਕ ਨਹੀਂ ਜੀ, ਸਤਿਗੁਰ ਦੀ ਹਰ ਗੱਲ 'ਚ ਇੱਕ ਰਮਜ ਆ, ਹਾਂਜੀ, ਔਰ ਉਸ ਰਮਜ ਦੇ ਰਾਹੀਂ ਸਤਿਗੁਰ ਨੇ ਸਾਨੂੰ ਕੁਝ ਸਮਝਾਉਣਾ, ਸਤਿਗੁਰ ਦਾ ਸ਼ਿਕਾਰ ਖੇਡਣਾ ਆ, ਆਉਣ ਵਾਲੀਆਂ ਜੰਗਾਂ ਦੀ ਤਿਆਰੀ ਆ, ਇੱਕ ਤਰ੍ਹਾਂ ਦੀ ਪ੍ਰੈਕਟਿਸ ਆ, ਉਹ ਜੰਗ ਦੀ ਮਸ਼ਕ ਆ, ਉਹ ਕਿਤੇ ਜਾਨਵਰਾਂ ਦਾ ਖੂਨ ਖਰਾਬਾ ਨਹੀਂ, ਉਹ ਆਉਣ ਵਾਲੇ ਸਮਿਆਂ ਦੀ ਜੰਗ ਦੀ ਤਿਆਰੀ ਹੈ, ਸਤਿਗੁਰੂ ਦੀ ਉਸ ਰਮਜ ਨੂੰ ਸਮਝਣਾ ਚਾਹੀਦਾ। ਹੁਣ ਸਤਿਗੁਰੂ ਜੀ ਨਿਕਲੇ ਆ ਬਾਹਰ, ਅਤੇ ਜਦੋਂ ਸਤਿਗੁਰੂ ਨੇ ਬਾਹਰ ਨਿਕਲਣਾ ਸ਼ਿਕਾਰ ਤੇ ਨਿਕਲਣਾ, ਬਾਈ ਧਾਰ ਦੀਆਂ ਰਸਤਾ ਆਲੇ ਦੁਆਲੇ ਸਾਰੀਆਂ ਲੋਕਾਂ ਨੂੰ ਪਤਾ, ਹਾਂਜੀ ਹਾਂਜੀ, ਅਤੇ ਸਤਿਗੁਰੂ ਨੇ ਉੱਥੇ ਰਣਜੀਤ ਨਗਾਰਾ ਵੀ ਵਜਾਉਣਾ, ਅਤੇ ਜਦੋਂ ਰਣਜੀਤ ਨਗਾਰਾ ਵੱਜਣਾ ਆ ਜੀ, ਅਤੇ ਉਹਨੇ ਆਲੇ ਦੁਆਲੇ ਸਾਰੇ ਬੰਨੇ ਗੂੰਜਾਂ ਵੀ ਪਾਉਣੀ, ਗੂੰਜਾਂ ਵੀ ਪਾਉਣੀਆਂ ਆ, ਹਾਂਜੀ, ਹੁਣ ਵਿਸਾਲੀ ਰਿਆਸ ਦੇ ਵਿੱਚ ਆ ਕੇ ਸਤਿਗੁਰ ਦਾ ਨਗਾਰਾ ਗੂੰਜ ਰਿਹਾ ਜੀ, ਔਰ ਇਹ ਸਤਿਗੁਰ ਦੇ ਨਗਾਰੇ ਦੀ ਸਿਫਤ ਆ, ਇਹ ਸਤਿਗੁਰ ਦੇ ਝੰਡੇ ਦੀ ਸਿਫਤ ਆ, ਕਿ ਬਾਕੀ ਰਿਆਸਤਾਂ ਦੇ ਝੰਡੇ ਆਪਣੀਆਂ ਰਿਆਸ ਦੀਆਂ ਹੱਦਾਂ ਦੇ ਅੰਦਰ ਅੰਦਰ ਹੀ ਚੜ ਸਕਦੇ ਆ ਜੀ ਜੀ ਜੀ, ਬਾਕੀ ਰਿਆਸਤਾਂ ਦੇ ਨਗਾਰੇ ਦਮਾਮੇ ਤੁਸੀਂ ਉਹਨਾਂ ਰਿਆਸਤਾਂ ਦੀਆਂ ਹੱਦਾਂ ਦੇ ਅੰਦਰ ਅੰਦਰ ਗੂੰਜ ਸਕਦੇ ਆ, ਪਰ ਸਤਿਗੁਰ ਦਾ ਨਗਾਰਾ ਹਰ ਰਿਆਸ ਦੀ ਹੱਦ ਤੋਂ ਉੱਪਰ ਜੀ, ਉਹ ਜਿੱਥੇ ਸਤਿਗੁਰ ਜਾਏਗਾ ਉੱਥੇ ਨਗਾਰਾ ਵੀ ਸਤਿਗੁਰ ਦਾ ਗੂੰਜੇਗਾ, ਉੱਥੇ ਸਤਿਗੁਰ ਦਾ ਝੰਡਾ ਵੀ ਚੜ੍ਹੇਗਾ, ਅਤੇ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਨਾ ਕਿ ਸਤਿਗੁਰ ਨੇ ਜਿਹੜੀਆਂ ਪ੍ਰਤਾਂ ਪਾਤੀਆਂ ਨਾ, ਆਪਾਂ ਇਹਨਾਂ ਦੇਸ਼ਾਂ 'ਚ ਬੈਠੇ ਹਾਂ ਜੀ, ਝੰਡੇ ਝੂਲ ਰਹਿਣਾ, ਹਾਂਜੀ, ਜਿੱਥੇ ਜਿੱਥੇ ਜਾ ਜਿੱਥੇ ਜਿੱਥੇ ਸਭ ਕੌਮਾਂ ਬੈਠੀਆਂ ਹੁੰਦੀਆਂ, ਜਿੱਥੇ ਜਿੱਥੇ ਸਿੱਖ ਬੈਠਾ ਹੋਵੇਗਾ, ਜਿੱਥੇ ਜਿੱਥੇ ਗੁਰੂ ਦਾ ਨਾਂ ਲੈਣ ਨਾਲ ਬੈਠਾ ਹੈਗਾ, ਉੱਥੇ ਗੁਰੂ ਦਾ ਝੰਡਾ ਵੀ ਝੂਲ ਰਿਹਾ ਹੈ ਜੀ, ਔਰ ਸਤਿਗੁਰ ਨੇ ਆਪ ਪਿਰਤਾਂ ਪਾਈਆਂ ਹੋਈਆਂ, ਧਵਜ ਝੂਲਤੇ ਨਿਸ਼ਾਨ ਰਹੇ ਪੰਥ ਮਹਾ ਰਾਜ ਕੇ, ਸੋ ਝੰਡੇ ਝੂ ਝੰਡਾ ਨਾਲ ਜਾ ਕੇ ਨਿਸ਼ਾਨਚੀ ਨਾਲ ਹੈ ਹਮੇਸ਼ਾ, ਨਿਸ਼ਾਨਚੀ ਨਾਲ ਲੈ ਕੇ ਨਿਕਲਿਆ, ਬਾਈ ਧਾਰ ਦਿਆ ਰਸਤਾ ਦੇ ਨੇੜੇ ਨੇੜੇ ਛੋਟੀਆਂ ਛੋਟੀਆਂ ਰਸਤਾ ਜਿੱਦਾਂ, ਉਹਨਾਂ ਦੇ ਵਿੱਚ ਸਤਿਗੁਰੂ ਵਿੱਚ ਵਿਸਾਲੀ ਵਾਲੀ ਮਹਿਲ ਦੀ ਰਸ ਤੋਂ ਬਾਹਰ ਨਿਕਲਿਆ, ਅਤੇ ਰਣਜੀਤ ਨਗਾਰਾ ਗੁੱਜਿਆ, ਅਤੇ ਉਹਦੀ ਗੂੰਜ ਜਿਹੜੀ ਆ ਉਹ ਅੱਜ ਦੀ ਰਸਤਾ 'ਚ ਵੀ ਸੁਣੀ ਆ ਜੀ, ਅਤੇ ਸਤਿਗੁਰੂ ਨੇ ਜਾ ਕੇ ਸ਼ਿਕਾਰ ਕੀਤਾ ਆ ਜੀ, ਔਰ ਜਿੱਦਾਂ ਜਿੱਦਾਂ ਦਿਨ ਪਈ ਜਾਂਦਾ ਸਤਿਗੁਰੂ ਆਪਣੇ ਸ਼ਿਕਾਰ ਕਰਕੇ ਵਾਪਸ ਆਉਂਦੇ ਆ, ਹਾਂਜੀ, ਪਰ ਦੂਜੇ ਦਿਨ ਹੋਰ ਸਵਖਤੇ ਨਿਕਲ ਜਾਂਦੇ ਫਿਰ ਜੀ, ਅੰਮ੍ਰਿਤ ਵੇਲੇ ਦਾ ਦੀਵਾਨ ਨਿਕਲਦਾ ਫਿਰ ਨਿਕਲ ਜਾਂਦੇ ਆ, ਸ਼ਾਮ ਨੂੰ ਲੇਟ ਆਉਂਦੇ ਆ, ਦਿਨੋਂ ਦਿਨ ਉਹਨਾਂ ਦਾ ਜਿਹੜਾ ਆ ਦੂਰ ਦੁਰਾਡੇ ਦਾ ਸਮਾਂ ਜੰਗਲਾਂ 'ਚ ਵਧੀ ਜਾਂਦਾ ਹੈ ਜੀ ਜੀ ਜੀ, ਜਿੱਦਾਂ ਜਿੱਦਾਂ ਸਮਾਂ ਵਧੀ ਜਾਂਦਾ ਉੱਦਾਂ ਉੱਦਾਂ ਦੂਰ ਦੁਰਾਡੇ ਜਾਈ ਜਾਂਦੇ ਸਤਿਗੁਰੂ ਜੀ, ਅਤੇ ਇੱਕ ਦਿਨ ਸਤਿਗੁਰੂ ਵਿਸਾਲੀ ਰਿਆਸ ਦੀਆਂ ਹੱਦਾਂ ਵੀ ਪਾਰ ਕਰਦੇ ਆ, ਹਾਂਜੀ, ਕਿਉਂ ਸਤਿਗੁਰੂ ਦੇ ਲਈ ਕੋਈ ਹੱਦ ਨਹੀਂ, ਹੱਦ ਨਹੀਂ, ਹਾਂਜੀ ਹਾਂਜੀ, ਕਿਉਂਕਿ ਜਿਹੜਾ ਖਾਲਸਾ ਨਾ ਉਹਦੇ ਲਈ ਵੀ ਕੋਈ ਹੱਦ ਨਹੀਂ, ਖਾਲਸਾ ਵਾਹਿਗੁਰੂ ਦਾ ਹੈ, ਅਤੇ ਸਾਰਾ ਬ੍ਰਹਿਮੰਡ ਵੀ ਵਾਹਿਗੁਰੂ ਦਾ, ਅਤੇ ਜੇ ਖਾਲਸਾ ਵਾਹਿਗੁਰੂ ਦਾ, ਵਾਹਿਗੁਰੂ ਖਾਲਸੇ ਦਾ, ਅਤੇ ਜੇ ਸਾਰਾ ਬ੍ਰਹਿਮੰਡ ਵਾਹਿਗੁਰੂ ਦਾ ਆ, ਅਤੇ ਜੋ ਕੁਛ ਵਾਹਿਗੁਰੂ ਦਾ ਖਾਲਸਾ ਹੋ ਗਿਆ ਜੀ ਜੀ, ਅਤੇ ਹੁਣ ਸਤਿਗੁਰੂ ਵਿਸਾਲੀ ਰਿਆਸ ਦੀ ਹੱਦਾਂ ਤੋਂ ਵੀ ਬਾਹਰ ਨਿਕਲ ਜਾਂਦੇ, ਅਤੇ ਇੱਕ ਦਿਨ ਸਤਿਗੁਰੂ ਤੁਰਦੇ ਤੁਰਦੇ ਭਪੋਰ ਰਿਆਸ ਦੀ ਹੱਦ 'ਤੇ ਚਲ ਗਿਆ ਜੀ, ਭਪੋਰ ਰਿਆਸ ਦੀ ਹੱਦ 'ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਦੀ ਗੱਲ ਹੋਰ ਕਰ ਲਵਾਂ, ਹਾਂਜੀ, ਸਤਿਗੁਰੂ ਜੀ ਨੇ 42 ਦਾਸ ਪਾਰ ਕੀਤੀ ਆ ਜੀ, 42 ਦਾਸ ਪਾਰ ਕੀਤੀ ਆ, ਅਤੇ ਛੋਟੀਆਂ ਛੋਟੀਆਂ ਰਸਤਾ ਹੱਦਾਂ ਆ, ਜੰਗਲ ਆ, ਜੰਗਲਾਂ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਜੀ ਜੀ ਕਿ ਕਦੋਂ ਕਿਹਦੀ ਹੱਦ ਸ਼ੁਰੂ ਹੋ ਜਾਣੀ ਅਤੇ ਕਿਹਦੀ ਖਤਮ ਹੋ ਜਾਣੀ ਆ, ਅਤੇ ਸਤਿਗੁਰੂ ਜੀ ਕਹਿਲੂਰ ਦੀ ਦਾਸ ਦੀ ਹੱਦ 'ਤੇ ਜਾ ਪੜੇ ਜੀ,
ਤੇ ਉੱਥੇ ਕਲੂਰ ਰਹਿਸਦੀਆਂ ਫਫੋਰੇ ਜਸਦੀ ਜਿੱਦਾਂ ਨਾਕੇ ਲੱਗੇ ਹੁੰਦੇ ਆ, ਉਹਨਾਂ ਨੂੰ ਪਤਾ ਵੀ ਇੱਧਰਲੇ ਬਣੇ ਵਿਸਾਲੀ ਦਾ ਇਸਲੇ ਸਤਿਗੁਰੂ ਆਏ ਹੋਏ ਤੇ ਡਰ ਵੀ ਆ ਕਿ ਇੱਧਰੋਂ ਕਿਤੇ ਸਤਿਗੁਰੂ ਸਾਡੀ ਦਾਸ ਦਾਖਲ ਹੋਣਗੇ, ਤੇ ਉਹਨਾਂ ਦੀਆਂ ਫੌਜਾਂ ਬੜੀਆਂ ਤਿਆਰ ਪਰ ਤਿਆਰ ਹੋ ਕੇ ਬੈਠੀਆਂ ਜੀ। ਤੇ ਜਦੋਂ ਸਤਿਗੁਰੂ ਨੇ ਉਧਰ ਨੂੰ ਦਾਖਲ ਹੋਇਆ ਤੇ ਮੋਹਰੇ ਫੌਜਾਂ ਬੈਠੀਆਂ ਦੇਖੀ ਉਹਦੀ ਹੱਦ 'ਚ ਜਿਹਦਾ ਅਸੀਂ ਦਾਖਲ ਹੋ ਗਿਆ, ਉਹਨਾਂ ਦੀ ਹੱਦ ਦੇ ਪਿੱਛੇ ਹਟਣੀਆਂ ਕੋਈ ਫੌਜਾਂ ਦੀ ਇੱਕ ਚੌਂਕੀ ਬੈਠੀ ਆ ਰਸਤਾ, ਜਿੱਦਾਂ ਚੌਂਕੀਆਂ ਔਰ ਖਾਸ ਤੌਰ 'ਤੇ ਚੌਂਕੀਆਂ ਬਿਠਾਈਆਂ ਹੋਣਗੀਆਂ ਕਿਉਂਕਿ ਸਤਿਗੁਰੂ ਜੀ ਵਿਸਾਲੀ ਰਾਸ 'ਚ ਆਏ ਹੋਇਆ, ਵਿਸਾਲੀ ਰਾਸ 'ਚ ਜਿੱਧਰਲੇ ਬੰਨੇ ਜੰਗਲ ਦੇ ਰਸਤੇ ਦਾਖਲ ਹੋਇਆ ਜਾ ਸਕਦਾ ਆ, ਇੱਕ ਹਲੂਰ ਰਾਸ 'ਚ ਉੱਥੇ ਚੌਂਕੀ ਬੈਠੀ ਆ। ਹੁਣ ਚੌਂਕੀ ਬੈਠੀ ਆ ਤੇ ਚੌਂਕੀ ਨੇ ਜਦੋਂ ਦੇਖ ਲਿਆ ਸਤਿਗੁਰੂ ਨੂੰ ਦੇ ਸਿੰਘ ਆ ਰਹੇ ਆ ਤੇ ਉਹਨਾਂ ਨੇ ਢੋਲ ਖੜਕਾ ਦਿੱਤਾ, ਠੀਕ ਹੈ, ਯਾਨੀ ਜੰਗ ਦਾ ਐਲਾਨ ਕਰ ਦਿੱਤਾ। ਹਾਂਜੀ, ਤੇ ਮੇਰਾ ਖਿਆਲ ਸਮਾਂ ਹੋ ਗਿਆ, ਬਿਲਕੁਲ ਜੀ, ਤੇ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ। ਹਾਂਜੀ, ਉਸ ਤੋਂ ਬਾਅਦ ਕੀ ਹਾਲਾਤ ਬਣੇ, ਕਿਸ ਤਰ੍ਹਾਂ ਦੀ ਗੱਲਬਾਤ ਹੋ, ਅਗਲੇ ਐਪੀਸੋਡ ਵਿੱਚ ਅਸੀਂ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਜਿੱਦਾਂ ਕਿ ਵੀਰ ਜੀ ਨੇ ਕਿਹਾ ਕਿ ਪ੍ਰੈਕਟਿਸ ਜਿਹੜੀ ਹੈ ਉਹ ਇਨਸਾਨ ਨੂੰ ਪਰਫੈਕਟ ਬਣਾਉਂਦੀ ਹੈ। ਪ੍ਰੈਕਟਿਸ ਕਿਸੇ ਵੀ ਆਪਣੀ ਜ਼ਿੰਦਗੀ ਵਿੱਚ ਨਿਤਨੇਮ ਦੀ ਹੈ, ਤੁਸੀਂ ਸੇਵਾ ਦੀ ਹੈ, ਸਿਮਰਨ ਦੀ ਹੈ, ਜੇ ਤੁਸੀਂ ਰੋਜ਼ਾਨਾ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਤੁਹਾਡੀ ਜ਼ਿੰਦਗੀ ਵਿੱਚੋਂ ਜ਼ਰੂਰ ਰੰਗ ਲਿਆਵੇਗੀ। ਕਿਉਂਕਿ ਕਈ ਵਾਰੀ ਹੁੰਦਾ ਕਿ ਕਈ ਲੋਕ ਇੱਦਾਂ ਦੇ ਮਿਲਦੇ ਕਿ ਉਹ ਤੁਹਾਨੂੰ ਕਹਿੰਦੇ ਕਿ ਨਹੀਂ ਅੱਜ ਤੱਕ ਤੂੰ ਕੀ ਲਾਹਾ ਲਿਆ, ਪਰ ਪਰਮਾਤਮਾ ਦੇ ਨਾਂ ਦੇ ਨਾਲ ਹਮੇਸ਼ਾ ਲਾਹਾ ਹੀ ਲਾਹਾ ਹੈ, ਕਿਉਂਕਿ ਅਸੀਂ ਉਹ ਮਾਰ ਗਿਆ ਉਹ ਰਸਤਾ ਜਿੱਥੇ ਚੱਲਦੇ ਚੱਲਦੇ ਅਸੀਂ ਮੰਜ਼ਿਲ 'ਤੇ ਜ਼ਰੂਰ ਪਹੁੰਚ ਜਾਂਦੇ। ਪ੍ਰੋਗਰਾਮ ਕਰਦੇ ਹਾਂ ਅਗਰ ਸਾਡੇ ਕੋਲ ਗਲਤੀ ਹੋ ਗਈ ਹੋਵੇ, ਦੋਵੇਂ ਹੱਥ ਜੁੜ ਕੇ ਅਸੀਂ ਮਾਫ਼ੀ ਮੰਗਦੇ ਹਾਂ। ਅਗਲੇ ਐਪੀਸੋਡ ਵਿੱਚ ਜਿੱਥੋਂ ਅਸੀਂ ਵਿਚਾਰ ਦੀ ਸਮਾਪਤੀ ਕੀਤੀ ਉੱਥੋਂ ਸ਼ੁਰੂਆਤ ਕਰਾਂਗੇ। ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਿਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਭੋ ਨਾ ਡਰੂੰ, ਨਾ ਡਰੂੰ ਔਰ ਸੋ ਜਬ ਜਾਏ ਲੜੂੰ, ਨਿਸ਼ਚੇ ਕਰ ਆਪਣੀ ਜੀਤ ਕਰੂੰ।